ਕਿੰਨੇ ਕਬੂਤਰ ਡਰਦੇ ਮੈਂ ਯਕੀਨ ਕਰਕੇ ਸਾਡੇ ਕੋਲ ਇਹ 1974-75 ਦੀ ਗੱਲ ਨਿੱਕੇ ਨਿੱਕੇ ਸਾਰੇ ਬਰਫ਼ ਨਹੀਂ ਸੀ ਮਿਲਦੀ ਹੁੰਦੀ ਅੱਛਾ ਬਰਫ਼ਾਂ ਨਹੀਂ ਸੀ ਮੇਲੇ ਮਿਲਦੀਆਂ ਕਾਰਖਾਨਿਆਂ ਦੀ ਬਰਫ਼ ਲੈਣੀ ਉਹ ਰੇੜਾ ਆਉਣਾ ਤੇ ਦੋ ਦੋ ਮੀਲ ਚੱਲ ਕੇ ਤੇ ਮਿਲਦੀ ਸੀ ਜਾਣੀ ਕਿ ਬਰਫ਼ ਹੁਣ ਤੇ ਸਾਰੇ ਲੋਕਾਂ ਨੂੰ ਸਹੂਲਤਾਂ ਹੀ ਜਾਣੀ ਕਿ ਬੜੇ ਬੜੇ ਘਰ ਬੈਠੇ ਕਬੂਤਰ ਡੋਰ ਬੜੀ ਸਹੂਲਤਾਂ ਨੇ ਫਰਿਜ਼ਾਂ ਖੋਲੀਆਂ ਹਰ ਚੀਜ਼ ਲੈ ਉਹਨਾਂ ਸਾਥਾਂ ਨੇ ਕੋਈ ਚੀਜ਼ ਖੁਰਾਕ ਉਹਨਾਂ ਨੇ ਬਣਾਈ ਬਦਾਮ ਬਦੂਮ ਪਿਆਏ ਨੇ ਮਾੜੇ ਦੋਸਤ ਉਹਨਾਂ ਨੇ ਭਾਜ ਕੀ ਕਰਨਾ ਦੋ ਦੋ ਗੋਲੀਆਂ ਤਿੰਨ ਤਿੰਨ ਗੋਲੀਆਂ ਕਬੂਤਰਾਂ ਨੂੰ ਦੇਣੀਆਂ ਹੁਣ ਲੋਕੀ ਭਾਜੀ ਗਿਰੀਆਂ ਦੀ ਪੰਜ ਪੰਜ ਛੇ ਛੇ ਤੋੜੇ ਹੋਏ ਗਿਰੀਆਂ ਦੇ ਬਦਾਮਾਂ ਦੇ ਨਹੀਂ ਗਿਰੀਆਂ ਦੇ ਹੁਣ ਲੋਕਾਂ ਕੋਲ ਸੋਰਸ ਹੈ ਉਹਨਾਂ ਨੇ ਕੀ ਕਰਨਾ ਉਸਤਾਦਾਂ ਨੇ ਜਦੋਂ ਕੋਈ ਚੀਜ਼ ਵਿੱਚ ਖੁਰਾਕ ਦੇ ਨਾਲ ਕੁੱਟਣੀ ਸ਼ੁਰੂ ਕਰਨਾ ਜਦੋਂ ਉਹਨਾਂ ਕੋਈ ਚੀਜ਼ ਪਾਣੀ ਸੀ ਤਾਂ ਸਾਨੂੰ ਬਰਫ਼ ਲੈਣ ਜਾਣ ਕੇ ਦੇਣਾ ਇਹ ਹੁਣ ਗਏ ਤੇ ਦੋ ਘੰਟੇ ਨੇ ਘੰਟੇ ਤੋਂ ਪਹਿਲਾਂ ਜਾਣਾ ਉਹ ਜਦੋਂ ਅਸੀਂ ਆਉਣਾ ਨਾ ਤੇ ਉਹਨਾਂ ਉਸਤਾਦਾਂ ਨੇ ਕੀ ਕਰਨਾ ਭਾਈ ਵੀਡੀਓ ਦੀ ਗੱਲ ਠੀਕ ਹੈ ਸਾਡੇ ਆਉਣ ਤੋਂ ਪਹਿਲੇ ਖੁਰਾਕ ਨੂੰ ਕੁੱਟ ਕੇ ਨਾ ਜੋ ਬੇਬੇ ਬੈਠੇ ਨੇ ਉਹ ਮੇਰਾ ਇੱਕ ਦੋਸਤ ਦਾ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਇਹ ਤੇ ਬੜਾ ਕੰਮ ਖਰਾਬ ਹੈ ਅਸੀਂ ਸਾਰੀ ਦਿਹਾੜੀ ਇਹਨਾਂ ਦਾ ਪੈਰਾ ਹੀ ਜਾਣੀ ਕਿ ਇਹਨਾਂ ਦੇ ਪਾਣੀ ਢੋ ਤੇ ਇਹਨਾਂ ਨੂੰ ਚਵਾਂ ਪਿਆ ਤੇ ਜਿਹੜਾ ਕੰਮ ਅਸੀਂ ਕਰੋ ਸਿੱਖਣ ਆਉਂਦੇ ਹਾਂ ਸਾਡੇ ਹਾਂ ਜਦੋਂ ਅਸੀਂ ਤੁਹਾਨੂੰ ਭੇਜਦੇ ਮੁੜ ਕੇ ਕਰ ਲੈਂਦੇ ਮੈਂ ਕੀ ਕੀਤਾ ਸਲਮਾਨ ਅੱਧੀ ਪੱਟੀ ਲਈ ਜਾਣੀ ਕਿ ਬਰਫ਼ ਦੇ ਸੁਬਾਹ ਉਹ ਉੱਥੇ ਇੱਕ ਪਿੱਛੇ ਉੱਥੇ ਇੱਕ ਦੁਕਾਨ ਹੁੰਦੀ ਸੀ ਪੱਠੇ ਪੱਠੇ ਤੂੜੀ ਛੁੜੀ ਹੁੰਦੀ ਉਹ ਬੋਰੀ ਲਪੇਟ ਕੇ ਨਾ ਅਸੀਂ ਉਹਦੇ ਥੱਲੇ ਵਾੜਤੀ ਮੈਂ ਕਿਹਾ ਵੀ ਅੱਜ ਉਸਤਾਦਾਂ ਨੇ ਸਾਨੂੰ ਚੱਕਰ ਦਿੱਤੇ ਕਈ ਮਹੀਨੇ ਹੋ ਗਏ ਅੱਜ ਇਹਨਾਂ ਨੇ ਕਹਿਣਾ ਜੀ ਬਰਫ਼ ਤੇ ਕਹਿਣਾ ਲੋ ਭਾਜੀ ਆ ਲੋ ਬਰਫ਼ ਪਹਿਲੇ ਪਈ ਤਿਆਰ ਉਹ ਸਾਰੇ ਜੀ ਜਦੋਂ ਉਹਨਾਂ ਨੇ ਭਾਜੀ ਉਹ ਖੁਰਾਕ ਬਦਾਮ ਬਦੂਮ ਲੇ ਕੁੱਟਦੇ ਤੇ ਉਹਨੇ ਕਿਹਾ ਕੀ ਹੋਏ ਮੈਂ ਜੀ ਸਾਜ ਪੁੱਤਰ ਬਰਫ਼ ਲਿਆਓ ਮੈਂ ਕਿਹਾ ਉਹ ਸਾਜ ਜਾਣਾ ਨੀ ਪਏਗਾ ਤੁਹਾਡੇ ਕੋਲ ਉਹ ਸਾਹ ਲਿਆ ਕੇ ਤੇ ਬਰਫ਼ ਉਹਨਾਂ ਦੇ ਅੱਗੇ ਤਰੀ ਹੁਣ ਉਸਤਾਦਾਂ ਨੇ ਪਾਇਆ ਕੀ ਹੈ ਉਹਨੇ ਫਤੂਈ ਉਦੋਂ ਟਾਈਮ ਤੋਂ ਮੈਂ ਦੌਰ ਸੀ ਸਲੂਕਾ ਮੈਂ ਬੜੇ ਬੜੇ ਉਸਤਾਦ ਬੜੇ ਬੜੇ ਉਸਤਾਦ ਸਾਡੇ ਵਾਸਤੇ ਕਾਬਲ ਇਹਤਰਾਮ ਉਹ ਮੁਲਕ ਦੇ ਉੱਤੇ इरफान भाई अभी थोड़ी देर तक कबूतरों का लाइव शो कराएंगे तो फिर ऊपर जाकर वीडियो ठीक हो जाएगी अभी नीचे बैठे हुए हैं तो वीडियो रिजल्ट नॉर्मल ही आएगा ਕਾਲੀ ਯਾਨੀ ਕਿ ਮਲੱਠੀ ਠੀਕ ਹੈ ਜੀ ਇਹ ਦੌੜ ਸਨ ਕਬੂਤਰ ਵੀ ਸਾਧਨ ਸੁਸੁੱਧੇ ਸਨ 11-10-11-12 ਦੀ ਉਦੋਂ ਹੈਗੀ ਸੀ ਹਾਰ ਜਿੱਤ ਹੁਣ ਜਿਹੜਾ ਸਿਲੇਬਸ ਹੈ ਨਾ ਸਲਮਾਨ ਸਾਹਿਬ ਚੇਂਜ ਹੋ ਗਿਆ ਕਬੂਤਰਬਾਜ਼ੀ ਦਾ ਹੁਣ ਤੁਸੀਂ ਜਿਹੜੇ ਕਬੂਤਰ ਨੇ ਉਹ ਤੁਹਾਨੂੰ ਬੜੇ ਟਾਈਮਰ ਕਬੂਤਰ ਬਣਾਉਣੇ ਪੈਣਗੇ ਟੌਪ ਜਿਸ ਕਬੂਤਰ ਬਣਾਉਣੇ ਪੈਣਗੇ ਲੋਕਾਂ ਨੇ ਬਹੁਤ ਮਿਹਨਤ ਕੀਤੀ ਹੈ ਮੈਂ ਕੱਲੇ ਨੂੰ ਨਹੀਂ ਕਹਿੰਦਾ ਹਰ ਸ਼ੌਕੀਨ ਨੇ ਉਹ ਫੈਸਲਾਬਾਦ ਦਾ ਉਹ ਸਿਆਲਕੋਟ ਦਾ ਉਹ ਖਾਰੀਆਂ ਦਾ ਜੇਲਮ ਦਾ ਇਹ ਜੇਲਮ ਦੀਨਾ ਖਾਰੀਆਂ ਇਹਨਾਂ ਲੋਕਾਂ ਨੂੰ ਮੈਂ ਸਾਹਮਣੇ ਵੇਖਿਆ ਮੰਡੀ ਇਹਨਾਂ ਲੋਕਾਂ ਨੇ ਬਹੁਤ ਇਹਨਾਂ ਲੋਕਾਂ ਨੇ ਬੜਾ ਫਾਲੋ ਕੀਤਾ ਬੜੀ ਮਿਹਨਤ ਕੀਤੀ ਬਹੁਤ ਸਾਰੇ ਕਬੂਤਰ ਪਰਚੇਸ ਕੀਤੀ ਤੇ ਬੜੇ ਸਾਧਨ ਨੂੰ ਬੁਲਾਇਆ ਚਲਾਇਆ ਇਸ ਟਾਈਮ ਬਹੁਤ ਅੱਛੀ ਕਬੂਤਰਬਾਜ਼ੀ ਜੇਲਮ ਸ਼ਹਿਰ ਦੀ ਮੰਡੀ ਖਾਰੀਆਂ ਗੁਜਰਾਤ ਹਾਂਜੀ ਇੱਥੇ ਬਹੁਤ ਯਾਨੀ ਕਿ ਤੁਸੀਂ ਘੰਟੇ ਦੇਖ ਲੋ ਕੀ ਬਣਦੇ ਪਏ ਨੇ ਉੱਥੇ ਹਾਈ ਲੈਵਲ ਦੇ ਘੰਟੇ ਨੇ ਜਨਾਬ ਕਿ ਲੋਕੀ ਸੱਤ ਸੱਤ ਕਬੂਤਰਾਂ ਨਾਲ 91-92-92 ਘੰਟੇ ਘੰਟੇ ਬਣਾ ਰਹੇ ਨੇ ਤੇ ਇਹ ਦੇਖੋ ਨਾ ਕਿ ਦੁਨੀਆਂ ਨੇ ਤਰੱਕੀ ਕੀਤੀ ਹੈ ਲੋਕਾਂ ਦਾ ਦਾਣਾ ਪਾਣੀ ਅੱਛੇ ਹੋ ਗਏ ਕਬੂਤਰ ਬਹੁਤ ਯਾਨੀ ਕਿ ਅੱਛੇ ਹੋ ਗਏ ਹੁਣ ਇਹ ਨਹੀਂ ਅਸੀਂ ਕਹਿ ਸਕਦੇ ਕਿ ਯਾਰ ਉਹਦੇ ਕੋਲ ਬਹੁਤ ਅੱਛੇ ਕਬੂਤਰ ਤੇ ਮੇਰੇ ਕੋਲ ਮਾੜੇ ਹੁਣ ਹਰ ਬੰਦੇ ਕੋਲ ਚੰਗੇ ਕਬੂਤਰ ਨੇ ਚੰਗੇ ਉਹਨਾਂ ਕੋਲ ਯਾਨੀ ਕਿ ਦਾਣੇ ਪਾਣੀ ਨੇ ਹੁਣ ਜਿਹਨੂੰ ਅੱਲਾ ਦੇਵੇ
ਕਬੂਤਰ ਉੱਡਦੇ ਆ ਜਿਵੇਂ 11 ਉੱਡਦੇ ਨੇ 7 ਉੱਡਦੇ ਨੇ ਜਾਂ ਲਾਹੌਰ ਚ ਤੇ ਸ਼ੁਰੂ ਚ 7 ਹੀ ਕਬੂਤਰ ਯਾਨੀ ਕਿ ਉੱਡੇ ਨੇ ਅੱਛਾ ਠੀਕ 7-7 ਕਬੂਤਰ ਹੁੰਦੇ ਸਨ 28 ਮਈ ਤੋਂ ਯਾਨੀ ਕਿ ਸੀਜ਼ਨ ਦੇ ਸਟਾਰਟ ਬਾਜ਼ੀ ਘੜਦਾ ਵੱਧਦਾ ਕਬੂਤਰ ਵੀ ਪਾਉਂਦੇ ਸਨ ਲਾਹੌਰ ਚ 1-2 ਸਾਲ ਐਸੇ ਵੀ ਉੱਡੇ ਨੇ ਕਿ ਕਿਹਾ ਗਿਆ ਕਿ ਜਿਹੜੇ ਪਹਿਲੀ ਵਾਰ ਜਿਹੜਾ ਕਬੂਤਰ ਸ਼ਾਰਟ ਹੋ ਜਾਏਗਾ ਉਹ ਇੰਨੇ ਨਹੀਂ ਹੋਏਗਾ ਅੱਛਾ ਠੀਕ ਹੈ ਜੀ 2 ਸਾਲ ਐਸੇ ਵੀ ਹੋ ਜਾਣੇ ਕਿ ਉੱਡੇ ਅੱਛਾ ਕਬੂਤਰ ਜਿਹੜੇ ਗਿਣੇ ਗਏ ਨੇ ਮਸਲਨ ਜਿਹੜਾ ਪਹਿਲੀ ਬਾਜ਼ੀ ਜਿਹੜੇ ਕਬੂਤਰ ਪਏ ਨੇ ਨਾ ਉਹਨਾਂ ਚ ਜਿਹੜਾ ਕਬੂਤਰ ਸ਼ਾਰਟ ਹੋ ਗਿਆ ਠੀਕ ਹੋ ਗਿਆ ਉਹ ਬਾਜ਼ੀ ਇੰਨੀ ਵੀ ਨਹੀਂ ਜਾਣੀ ਕਿ ਪੈਣਾ ਅੱਛਾ ਨਵਾਂ ਪਾਣਾ ਅਗਲੀ ਬਾਜ਼ੀ ਜਿਹੜਾ ਸ਼ਾਰਟ ਹੋ ਤੁਸੀਂ ਪਾ ਸਕਦੇ ਹੋ ਅੱਛਾ ਪਹਿਲੀ ਜਿਹਨੇ ਪਾਣਾ ਪਹਿਲੀ ਜਿਹਨੇ ਪਾਣਾ ਤੇ ਡੱਕ ਬਈ ਡੱਕ ਹੁੰਦੀ ਸੀ ਯਾਰ ਡੱਕ ਡੱਕ ਬਈ ਡੱਕ ਮਤਲਬ ਅੱਜ ਉੱਡੀ ਕੱਲ ਨਹੀਂ ਉੱਡਣੀ ਪਰ ਹਾਂਜੀ ਹਾਂਜੀ ਲਾਹੌਰ ਚ ਸ਼ੁਰੂ ਤੋਂ ਇਸ ਤਰ੍ਹਾਂ ਦੀ ਬਾਜ਼ੀ ਹੁੰਦੀ ਇਸ ਤਰ੍ਹਾਂ ਹੀ ਹੁੰਦੀ ਹਾਂਜੀ ਇਹ ਤੁਹਾਡੇ ਕੋਲ ਜਿਹੜੇ ਕਬੂਤਰ ਸਨ ਇਹ ਕਿਹੜੇ ਆਰਾ ਦੇ ਸਨ ਉਸ ਵਕਤ ਸਿਆਲਕੋਟੀ ਕਬੂਤਰ ਸਨ ਅੱਛਾ ਹਾਂਜੀ ਪੂਰੇ ਲਾਹੌਰ ਚ ਸਿਆਲਕੋਟੀ ਕਬੂਤਰ ਨੂੰ ਬਹੁਤ ਜ਼ਿਆਦਾ ਜਾਣੇ ਜਾਂ ਉਹਨਾਂ ਨੇ ਬੜੀ ਹੁਕਮਰਾਨੀ ਕੀਤੀ ਉਹਨਾਂ ਕਬੂਤਰ ਸਿਆਲਕੋਟੀ ਕਬੂਤਰ ਤੇ ਹੈ ਸਨ ਲੇਕਿਨ ਕਿਹੜੇ ਆਰਾ ਦੇ ਸਨ ਜੋਂਥਰੇ ਸਨ ਬਟੇਰੇ ਸਨ ਚੂਹਾ ਕਬੂਤਰ ਸੀ ਚੂਹਾ ਬਟੇਰੇ ਸਨ ਵੈਸ਼ੀ ਸਨ ਵੈਸ਼ੀ ਹਾਂਜੀ ਇਹ 3-4 ਬਰੀਡਾਂ ਤੇ ਲੋਕੀ ਬਹੁਤ ਜ਼ਿਆਦਾ ਨਾ ਕਿਤੇ ਕੋਈ ਕਬੂਤਰ ਨਾ 35 ਲਾਉਣ ਨਾ ਖਲੋਤਾ ਤੇ 10 ਬੰਦੇ ਉਹਦੇ ਦੁਆਲੇ ਹੁੰਦੇ ਸਨ ਖਲੋਤੇ ਠੀਕ ਹੋ ਗਿਆ ਚੂਹਾ ਖਲੋਤਾ ਹੈ ਕਬੂਤਰ ਡੱਡੜ ਦੀ ਕਿਤੇ ਪਿਆ ਤੇ 20 ਬੰਦੇ ਲੈਣ ਨੂੰ ਖਲੋਤੇ ਨੇ ਇਹ ਵਕਤ ਵਕਤ ਦੀ ਗੱਲ ਹੈ ਹੁਣ ਟੈੜੀ ਖਲੋਤਾ ਹੋਵੇ ਮਾਂ ਵੀ ਖਲੋਤਾ ਹੋਵੇ ਤੇ ਭਾਜੀ ਉੱਤੇ ਪੂਰਾ ਮੇਲਾ ਖਲੋਤਾ ਹੁੰਦਾ ਨਹੀਂ ਇਸ ਤਾਂ ਜੀ ਚਲੋ ਉਦੋਂ ਇਹ ਤੇ ਕਬੂਤਰ ਤੇ ਠੀਕ ਸਨ ਤੁਹਾਡੇ ਲੇਕਿਨ ਉਦੋਂ ਜਿਹੜੇ ਸਨ ਇਹ ਕਿਹੜੇ ਜ਼ਿਆਦਾਤਰ ਕਿਹੜੇ ਉੱਡਦੇ ਸਨ ਸਿਆਲਕੋਟੀ ਕਬੂਤਰ ਜ਼ਿਆਦਾ ਨਹੀਂ ਵੈਸ਼ੀ ਵੈਸ਼ੀ ਤੁਹਾਨੂੰ ਕਿਹੜੇ ਪਸੰਦ ਸਨ ਮੈਨੂੰ ਉਸ ਟਾਈਮ ਨਾਲ ਜਿਹੜੇ ਮੋਤੀਆਂ ਵਾਲੇ ਕਬੂਤਰ ਜ਼ਿਆਦਾ ਪਸੰਦ ਸਨ ਲਾਲ ਮੋਤੀ ਲਾਲ ਮੋਤੀਆਂ ਦੁੰਮ ਚ ਲੱਸ ਵੀ ਹੁੰਦੀ ਸੀ ਲੱਸ ਹੁੰਦੀ ਜਿਹੜੇ ਸਿਆਲਕੋਟੀ ਅਸੀਂ ਕਬੂਤਰ ਵੇਖੇ ਨੇ ਸਾਡੇ ਕੋਲ ਇੱਥੇ ਵੀ ਉੱਡੇ ਨੇ ਸਿਆਲਕੋਟ ਵੀ ਉੱਡੇ ਨੇ ਅੱਛਾ ਉਹ ਖਟੀਕਾਂ ਵਾਲੇ ਕਬੂਤਰ ਸਨ ਜੌਂਸ ਦੇ ਸਨ ਇਹਨੇ ਲੰਬੇ ਲੰਬੇ ਉਹਨਾਂ ਦੇ ਜੌਂਸ ਸਨ ਠੀਕ ਹੋ ਗਿਆ ਉਹਨਾਂ ਦੀ ਦੂਮ ਚ ਪਹਿਲੇ ਪਰ ਚ ਨਾ ਇੰਨਾ ਕੁ ਪਰ ਕਾਲਾ ਹੁੰਦਾ ਸੀ ਅੱਛਾ ਐਂਡ ਤੇ ਜਾ ਕੇ ਪਹਿਲਾ ਪਰ ਅੱਧਾ ਅੱਧਾ ਸਫੇਦ ਤੇ ਅੱਧਾ ਕਾਲਾ ਟਿੱਕਾ ਟੈਪ ਹੁੰਦਾ ਸੀ ਔਰ ਦੂਮ ਥੱਲੇ ਬਹੁਤ ਸਾਰਾ ਕਾਲਾ ਜਿਹਾ ਪਾਣ ਹੁੰਦਾ ਸੀ ਬਹੁਤ ਸਲਮਾਨ ਅੰਟੀਕ ਕਬੂਤਰ ਸਨ ਹੁਣ ਤੇ ਉਹ ਕਬੂਤਰ ਦੀਵਾ ਵੀ ਲੈ ਕੇ ਲੱਭੋ ਤੋਂ ਕਬੂਤਰ ਨਹੀਂ ਲੱਭਦੇ ਤੇ ਜਿਹੜੇ ਸਨ ਆਪਣਾ ਮੋਤੀਆਂ ਵਾਲੇ ਜੀ ਜੀ ਇਹ ਨੀਲੀ ਅੱਖ ਚ ਸਨ ਜਾਂ ਇਹ ਇਹਨਾਂ ਦੀ ਕਲੇਜੀ ਟੈਪ ਸੀ ਯਾਨੀ ਕਿ ਅੱਖ ਸੀ ਕਲੇਜੀ ਟੈਪ ਯਾਨੀ ਕਿ ਇਹਨਾਂ ਦੀ ਅੱਖ ਸੀ ਠੀਕ ਹੋ ਗਿਆ ਡੋਰਾ ਵੀ ਐਸੀ ਵਿੱਚ ਕਲੇਜੀ ਅੱਛਾ ਬਹੁਤ ਖੂਬਸੂਰਤ ਕਬੂਤਰ ਬਹੁਤ ਅੱਛੇ ਕਬੂਤਰ ਠੀਕ ਹੋ ਗਿਆ ਹਾਂਜੀ ਅੱਛਾ ਸਾਹ ਜੀ ਉਹਦੇ ਹੋ ਗਏ ਚਲੋ ਠੀਕ ਹੈ ਕਬੂਤਰ ਉਸ ਤੋਂ ਬਾਅਦ ਦੇ ਵਿੱਚ ਕੋਈ ਐਸਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਮੋੜ ਆਇਆ ਹੋਇਆ ਜਿੱਥੋਂ ਤੁਸੀਂ ਕਿਹਾ ਕਿ ਯਾਰ ਇਹ ਬਸ ਦੇਣੀ ਜਾਂ ਕੋਈ ਐਸੀ ਗੱਲ ਹਾਂ ਐਸਾ ਆਇਆ ਮੋੜ ਉਹ ਇਸ ਤਰ੍ਹਾਂ ਆਇਆ ਯਾਨੀ ਕਿ ਮੋੜ ਕਿ ਮੈਂ ਨਾ ਬੜੇ ਐਕਸਪੈਂਸਿਵ ਕਿਸਮ ਦੇ ਕਬੂਤਰ ਜਦੋਂ ਮੈਂ ਮੈਟਰ ਯਾਨੀ ਕਿ ਮੈਂ ਕੀਤਾ ਨਾ ਜੀ ਗੁਜਰਾਂ ਵਾਲਿਓ ਮੈਂ ਜੋੜੇ ਜਾ ਕੇ ਲਿਆਇਆ 12 ਜੋੜੇ ਅੱਛਾ ਤੇ ਬੜੇ ਕਾਸਟਲੀ ਉਦੋਂ ਹੋਂਡਾ ਮੋਟਰਸਾਈਕਲ 70 ਨਾ ਛੋਟੇ ਮੀਟਰ ਵਾਲੀ ਜੀ ਇਹ 6900 ਰੁਪਏ ਦੀ ਸੀ ਅੱਛਾ ਜੀ ਸਰ ਇਹ 6900 ਰੁਪਏ ਦੀ ਸੀ ਤੇ ਮੇਰੇ ਵਾਲਾ ਸਾਹਿਬ ਨੇ ਮੇਰੇ ਵੱਡੇ ਭਾਈ ਨੂੰ ਕਿਹਾ ਕਿ ਯਾਰ ਸੂਬੇ ਨੂੰ ਕਾਲਜ ਜਾਣਾ ਤੈਨੂੰ ਮੋਟਰਸਾਈਕਲ ਲਿਆ ਕੇ ਦੇ ਕਾਲਜ ਜਾਵੇ ਕਰ ਤੇ ਮੈਂ ਆਪਣੇ ਭਰਾ ਨਾਲ ਹੱਟੀ ਸੱਟੀ ਲਾ ਲਈ ਮੈਂ ਕਿਹਾ ਤੂੰ ਮੋਟਰਸਾਈਕਲ ਛੱਡ ਮੈਂ ਅੱਗੇ ਦੀ ਯਾਨੀ ਕਿ ਬੱਸ ਤੇ ਮੈਂ ਚਲਾ ਜਾਂਦਾ ਗੁਜਰਾਂ ਵਾਲੇ ਮੈਂ ਇੱਕ ਬੰਦੇ ਉਹ ਕਬੂਤਰ ਆਇਆ ਵੇਖ ਕੇ ਅੱਛਾ ਉਹ ਕਬੂਤਰ ਅਸੀਂ ਲੈ ਗਏ ਨੇ ਦੋਨੋਂ ਭਰਾ ਤੇ ਸਾਡਾ ਕੰਮ ਸਾਡਾ ਸਮਝ ਦੇ ਸਕੂਲ ਤੇ ਮੈਂ ਚਲੇ ਜਾਵਾਂਗਾ ਮੈਂ ਕਾਲਜ ਤੇ ਮੈਂ ਤੋਂ ਇੱਕ ਮੋਰੀਆ ਪੁਲ ਤੋਂ ਬੈਨ ਲੱਗੇ ਪਾਰਟੀ ਚਲੇ ਗਏ ਪਾਰਟੀ ਅੱਗੋਂ ਨਾਲ ਹੀ ਸਲਾਮੀ ਕਾਲਜ ਸੀ ਉਹਦੇ ਤੇ ਸਟੂਡੈਂਟ ਦੌਰ ਸੀ ਠੀਕ ਹੋ ਗਿਆ ਉਹ ਮੇਰਾ ਭਰਾ ਵੀ ਕਿਉਂਕਿ ਯਾਨੀ ਕਿ ਇਸ ਕਬੂਤਰ ਬਾਈ ਦਾ ਸ਼ੌਕ ਸੀ ਉਹ ਸਕੋਰੀ ਹੀ ਐਗਰੀ ਹੋ ਗਿਆ ਠੀਕ ਹੋ ਗਿਆ ਉਹਨੇ ਕਿਹਾ ਯਾਰ ਅੱਬਾ ਹੀ ਕਹਿਣਾ ਮੈਂ ਕਿ ਉਹ ਦੋਨੋਂ ਰਲ ਮਿਲ ਕੇ ਕੋਈ ਨਾ ਕੋਈ ਬਹਾਨਾ ਪਾ ਲਾਂਗੇ ਕਬੂਤਰ ਲੈ ਉਦੋਂ ਸਲਮਾਨ ਨੇ ਫਲਾਈ ਕੋਚ ਨਵੀਂ ਯਾਨੀ ਕਿ ਚੱਲੀ ਸੀ ਠੀਕ ਹੋ ਗਿਆ ਇਹ ਫਲਾਈ ਕੋਚ ਜਿਹੜਾ ਬੰਦਾ ਸਫ਼ਰ ਕਰ ਰਹੇ ਮਹੱਲੇ ਆ ਕੇ ਉਹਦੀ ਟਿਕਟ ਆ ਕੇ ਸੁੱਟਦਾ ਕੋਈ ਨਹੀਂ ਸੀ ਅੱਛਾ ਆ ਇਹ ਗੈਸਬਾਦੀ ਕਰੀ ਮੈਂ ਫਲਾਈ ਕੋਚ ਬੈ ਕੇ ਆ ਅੱਛਾ ਜੀ ਉਹ ਅਸੀਂ ਕਬੂਤਰ ਲਿਆਏ ਉਹਨਾਂ ਨੂੰ ਅਸੀਂ ਸਾਲ ਡੇਢ ਸਾਲ ਉਹਨਾਂ ਦੀ ਬਰੀਡਿੰਗ ਕਰਾਈ ਅੱਛਾ ਬੜੇ ਬੜੇ ਨਾਮਵਰ ਸਾਧ ਉਹਨਾਂ ਚ ਕਿਹੜੇ ਆਰਾਂ ਦੇ ਕਬੂਤਰ ਸਨ ਥੋੜਾ ਸਰ ਉਹਨਾਂ ਚ ਛੱਤ ਵਾਲੇ ਸਨ ਕਬੂਤਰ ਸਿਆਲਕੋਟੀ ਸਿਆਲਕੋਟੀ ਠੀਕ ਹੋ ਗਿਆ ਮੋਤੀਆਂ ਵਾਲੇ ਸਿਆਲਕੋਟੀ ਹਾਂਜੀ ਚੂਹੇ
चूहे ए तीन ब्रीडां दा ते तीने ही बड़े एक्सपेंसिव किस्म दे कबूतर सन माशाल्लाह। अच्छा इन्हां दीआं नलियां ऐसन जिस तरह कालियां सिया ठीक हो गया। हां जी उत्ते पूरा मोम उन्हां दे उत्ते यानी कि चढ़ा दे कबूतर जरा खुश्क पाने परां दे परे ते बिलकुल इंज फड़ो ना कबूतर ते कबूतर बंद हो जांदा इस तरह मुठ पिछो अगो चौड़ा पिछो बरीक। मैं कहना जी पारी पार कबूतर इंज तुसी पार फड़े कबूतर विचो गए यानी कि गैप ही हो गए। अच्छा जी ठीक इस तरह के कबूतर सन सियालकोट ठीक हो गया सर। उन्होंने ब्रीड छी कढ़ाई साल डेढ़ साल उन्होंने कढ़ा के बच्चे बुचे उत्ते पक्के छके असी कीते उड़ाए डुए बादियां ला 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 लिया। अच्छा ओ बादियां लईयां ला ते जदों हुण वसाख तो बहंदे ने तीन चार बजे तक असी बड़े चौड़े के लै भी कबूतर ते छड़ देने जो ही जेठ दा पहली जन की आई ना जी ओना कबूतर ने रिवर्स गेयर लाता दाना पानी होई। अच्छा मेहनत होई ओही लेकिन ओ कबूतर ने बैक कर दित्ती हुण साडे कबूतर 9 10 बजे बह रहे ने ओ तो सारे जांदे ने बे बे के बह बह ने। अच्छा मेरे कल्ले सी पेंदे सारे ने ठीक हो गए। चलो सर ओ कबूतर ने मेरे को ना साड्या क्योंकि साडे इलाके च मेहर साहब ने इना दे इना ने 1962-63 दे बीच ना एक कसूरी कबूतर इना दे कोल आ चुके सब ठीक हो गए ते ओ उना दा शो कर रहे सन। अच्छा ते ओ मेरे को मेरा आया यानी के दोस्त ओदो साइकिल दा यानी के ज्यादा दोस्त दौर ओदो साइकिल दा पैगाम रसा आया ना कि उन साइकिल फड़ी है जी उन तेनु रिपोर्ट दित्ती है भी ओदे तीन बैग नहीं ओदे चार उते नहीं ते सकी इक फिर साइकिल नु खिची आई नु ओ इक पैगाम रसा आया ते उन मेनू कहया कि साथ जी मैं कहया जी उन कहया सुनाओ मैं कहया यार बैग ने ते कबूतर लगे सामने कबूतरों दा बुरा ही इंज करन पे। अच्छा असि उन नु पाए सीधे पदरे कारियां जी कोई ਕਿਉਂ ਜੀ ਢਾਬੀ ਚੱਲ ਗਈ ਹੈ ਕੋਈ ਕਿਉਂ ਜੀ ਕੋਈ ਹੋ ਗਿਆ ਕੋਈ ਕੋਈ ਕੁਛ ਹੋ ਗਿਆ ਉਹਨੇ ਮੈਨੂੰ ਕਿਹਾ ਕਿ ਮਹਿਰਾਂ ਦੇ ਦੋ ਕਬੂਤਰ ਨਾ ਆ ਕੇ ਫਿਰਦੇ ਪਏ ਨੇ। ਅੱਛਾ ਫਿਰਦੇ ਪਏ ਨੇ ਕਹਿੰਦਾ ਜੀ ਦੋ ਮਹਿਰ ਆਪਣਾ ਅਸਗਰ ਸਾਹਿਬ ਅਸਗਰ ਸਾਹਿਬ ਜੀ ਉਹਨਾਂ ਦੇ ਦੋ ਕਬੂਤਰ ਨੇ ਪਹਿਲੇ ਆ ਕੇ ਫਿਰਦੇ ਪਏ ਤੇ ਪੰਜ ਉਹਨਾਂ ਦੇ ਬੰਦ ਨੇ ਬੜੇ ਚਕਲਾੜੀ ਨੇ। ਹਾਂਜੀ ਤੇ ਇੱਕ ਸਵਾ ਇੱਕ ਦਾ ਟਾਈਮ। ਅੱਛਾ ਮੈਂ ਕਿ ਮੈਨੂੰ ਬੜਾ ਕਰੇਜ਼ ਹੋਇਆ ਮੈਂ ਕਿਹਾ ਯਾਰ ਇਹਨਾਂ ਨੂੰ ਸਾਂਭ ਕੇ ਨਾ ਤੇ ਜਾ ਕੇ ਇਨਸਾਨ ਦੀ ਸੋਚ ਓਹਨੂੰ ਲੈ ਕੇ ਇੱਛ ਚੱਲਦੀ ਹੈ ਤੇ ਤਾਂ ਹੀ ਦਰਵਾਜ਼ੇ ਖੁੱਲਣੇ ਸ਼ੁਰੂ ਹੁੰਦੇ। ਬਿਲਕੁਲ ਸਹੀ ਗੱਲ ਇਨਸਾਨ ਦੇ ਵਿੱਚ ਸੋਚ ਥਿੰਕਿੰਗ ਹੁੰਦੀ ਹੈ ਜੀ ਬਿਲਕੁਲ ਤੇ ਫੇਰ ਹੀ ਉਹ ਦਰਵਾਜ਼ੇ ਖੁੱਲਣੇ ਸ਼ੁਰੂ ਹੁੰਦੇ ਨੇ। ਬਿਲਕੁਲ ਸਹੀ ਤੇ ਜੇ ਮੈਂ ਕਹਾਂ ਮੈਂ ਬੈਠੇ ਹੀ ਇੱਥੇ ਸਾਰੇ ਜਾਣਦੇ ਮੈਂ ਦਰਵਾਜ਼ੇ ਖੋਲਣਾ ਤੇ ਮੈਂ ਨਹੀਂ ਖੋਲ ਸਕਦਾ ਮੈਨੂੰ ਕਿਤੇ ਜਾਣਾ ਆਉਣਾ ਪਏਗਾ ਜਾਣਾ ਸਟਰਗਲ ਤੇ ਕਰਨੀ ਪਏਗਾ ਮੈਂ ਕਿਸੇ ਦੇ ਘਰ ਜਾਣਾ ਜਾ ਕੇ ਬੈਲ ਜਾਣਾ ਤਾਂ ਬੂਹਾ ਕੋਈ ਖੋਲੇਗਾ ਸਟਰਗਲ ਤੇ ਕਰਨੀ। ਹਾਂਜੀ ਬਿਲਕੁਲ ਉਹ ਸਰ ਮੈਂ ਉੱਥੇ ਗਿਆ ਤੇ ਜਦੋਂ ਮੈਂ ਸਲਮਾਨ ਸਾਹਿਬ ਉੱਥੇ ਪਹੁੰਚਿਆ ਡੇਢ ਕੁ ਵਜੇ ਦਾ ਟਾਈਮ ਸੀ ਦੋ ਕਬੂਤਰ ਫਿਰਨ ਪਏ ਤੇ ਉਹ ਫਿਰਦੇ ਕਿਸ ਤਰ੍ਹਾਂ ਪਏ ਇੰਜ ਹੁੰਦੇ ਨੇ ਇਕੱਠੇ ਤੇ ਉੱਚੇ ਹੋ ਜਾਂਦੇ ਨੇ। ਅੱਛਾ ਤੇ ਫਿਰ ਮੈਂ ਬੜੀ ਅੱਛੀ ਪ੍ਰਵਾਦ ਹੁੰਦੀ ਸਰ ਇਹ ਜਿਹੜੇ ਕਬੂਤਰਾਂ ਦੀ ਚਾਲ ਹੈ ਨਾ ਜੀ ਇਹ ਸਾਨੂੰ ਡਿਵੈਲਪ ਕਰਦਿਆਂ ਸਾਰੇ ਕਬੂਤਰ ਬਾਜ਼ਾਂ ਨੂੰ 20-25 ਸਾਲ ਲੱਗੇ ਨੇ। ਅੱਛਾ ਸਾਰੇ ਘਰਾਂ ਨੂੰ ਉਹ ਪਹਿਲੇ ਜੇ ਇਹ ਸਨ ਤੋਤਾ ਨੀ ਚਲਾਉਂਦਾ ਪਾਣੀ ਲੱਭਣ ਵਾਲੇ ਇਹ ਕੁੰਦਾ ਪੂਰਾ ਚਲਾਣਾ ਠੀਕ ਹੋ ਗਿਆ ਪਹਿਲੇ ਕਬੂਤਰ ਪੂਰੇ ਕੁੰਦੇ ਮਾਰਦੇ ਰਹੇ ਨੇ ਠੀਕ ਹੋ ਗਿਆ ਫੇਰ ਕਬੂਤਰ ਆਏ ਨੇ ਬਾਹਰ ਦੀਆਂ ਚਾਚਰ ਪੰਜ ਪੰਜ ਜਣ ਕੇ ਗਲੀਆਂ ਲਏ ਆ। ਤੁਸੀਂ ਇਹਨਾਂ ਨੂੰ ਪਸੰਦ ਕੀਤਾ ਪ੍ਰਮੋਟ ਨਹੀਂ ਮੈਂ ਦੇਖਿਆ ਮੈਂ ਕਿਹਾ ਯਾਰ ਇਹ ਜਿਹੜੇ ਕਬੂਤਰ ਨੇ ਦੇਖੋ ਅਨਥਕ ਕਬੂਤਰ ਨੇ ਡੇਢ ਵਜੇ ਦਾ ਟਾਈਮ ਹੋਇਆ ਸਰ ਉਹ ਪੌਣੇ ਕੁ ਦੋ ਵਜੇ ਕਬੂਤਰ ਬੈਠੇ ਨੇ ਨਵੇਂ ਦੋਸਤਾਂ ਨੂੰ ਪਤਾ ਲੱਗਿਆ ਕਿ ਕਿਵੇਂ ਰੋਗ ਇਹ ਨਾਰਮਲ ਕਬੂਤਰ ਦੀ ਨਿਸ਼ਾਨੀ ਹੈ ਜਿਹੜਾ ਅਗਲੇ ਦਿਨ ਵਾਸਤੇ ਤਿਆਰ ਹੈ। ਅੱਛਾ ਜਿਸ ਕਬੂਤਰ ਨੇ ਬਹਿ ਕੇ ਰੋਗ ਨਹੀਂ ਕਰਨੀ ਨਾ ਉਹ ਸਮਝ ਲਓ ਕਿ ਅਗਲੀ ਬਾਜ਼ ਵਿੱਚ ਤਿਆਰ ਹੋਦਾ ਉਹਦਾ ਸਟਮਕ ਉਹਦੀ ਸਟਰਕਚਰ ਉਹਦੀ ਹਰ ਚੀਜ਼ ਠੀਕ ਹੈ ਠੀਕ ਹੈ ਉਹਨੂੰ ਤੂੰ ਜੋ ਜੋ ਦੇਣਾ ਨਾ ਉਹਨੂੰ ਕਚਾਈ ਕਰਨੀ ਹੈ ਠੀਕ ਹੋ ਤੇ ਜਿਸ ਭਲਵਾਨ ਨੇ ਆ ਕੇ ਰੋਗਣੀ ਨਹੀਂ ਕਰਨੀ ਜਾ ਕੇ ਟੰਗਾਂ ਹੀ ਜਾ ਕੇ ਬਹਿ ਜਾਣਾ ਉਹ ਤੈਨੂੰ 3-4-5 ਘੰਟੇ ਦਿਨ ਲਾਣੇ ਪੈਣੇ ਮਿਹਨਤ ਕਰਨੀ ਪੈਣੀ ਇਹਦੀ ਤੈਨੂੰ ਅਗਲੀ ਬਾਜ਼ੀ ਫੇਰ ਆ ਜਾਣੀ ਰੋਗਣੀ ਸਾਰੇ ਪਰਾਂ ਨੂੰ ਕਰਦੇ ਨੇ ਇਹ ਤੇ ਜ਼ਿਆਦਾ ਕੰਡੇ ਨੂੰ ਕਰਦੇ ਨੇ। ਅੱਛਾ ਕੰਡੇ ਤੋਂ ਲਿਆਉਂਦੇ ਨਾ ਪਾਣੀ ਉਹ ਤੇ ਰੋਗਣੀ ਚੁੱਕ ਕੇ ਲਿਆਉਂਦੇ ਨੇ ਹਾਂਜੀ
कंडे तो रोग चुक लिया लेकिन सारे पर अपने जेडे पर उडार फसे होंगे ना जिस तरह असि कि जाने बोधा बुद्धा ते वाहने ओ भी अपने आगे वाल बोल ठीक कर ठीक 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 क्योंकि अपना करके ना तुर के उस जगह जाना जिथो उन्होंने अंदर बढ़ना जिथे जगह इना कबूतर च क्वालिटी है ठीक हो गए जेडे हून दे कबूतर ने ठीक हो गए कबूतर वेखे ते मैं सलमान घर आके मैं यार मैं पाबदी जल्दी ने खत्म हो ते कुछ सिलेबस चेंज करना पे कबूतर जो मैं सलमान मैट्रिक मैं किता ना ते ओदो मेरे वालिद साहब ने कहा यार तू दो ढाई महीने घर है ते तू इस तरह करना के तू टाइपस जानि के सीख शॉर्ट हैंड सीख ठीक हो गया हूं कि तलीम हैगी नहीं है नजर कचहरी दौर बादशाह कबूतर सन भी सा बिलकुल मैं कबूतर नु भी अपना उस्ताद मैं मैं देखो जी किताब है ना जेड़ा मास्टर सानू पढ़ा रहा है जेड़ा आंसर किताब दे लिखा ना उसे लिखा किताब नु घर जो टीचर स्कूल छाने फलाना फलाना सवाल ओ तो अस किताब ही खोलनी ना ते कबूतर नु मैं किताब कहना किताब खोलांगे इनू अस पढ़ांगे कि यार ए कबूतर मेरा प्रवास कर रहा है जां मेरा बच्चे उड़ा रहा है इस कबूतर दे विच एक्स्ट्रा आर्डिनरी केड़ा पॉइंट है कि जेड़ा ए काम कर रहा है ए कबूतर उड़ रहा ते आ रहा है ए जेड़ा कबूतर ए बच्चा जेड़ा कर रहा ओ दुनिया दे उत्ते उहदा नां हो रहा फिर उस किताब नू बार बार पढ़ना पड़ना ओ मैं कबूतरों तो कीता पालो कीता वेरी गुड वेरी गुड मैं हर रंग नस्ल दे कबूतर नू क्योंकि हर कबूतर दा जेड़ा जेड़ी नस्ल है ना ओहदा कुंडा भी ओहो जिहा ओहदा स्ट्रक्चर भी ओहो जिहा हूं असि लोग ने पता की किया हूं असि जेडे कबूतर बनाए ना जेडे सारे जान ने बनाए ने उन्होंने अपनी पसंद का कुंडा अपनी पसंद का हड्डी जोड़ ठीक हो गए उन्होंने कबूतर च कन्वर्ट किया ठीक हो गए अच्छे कबूतर पा पा के ना हूं इस मुकाम ते आ गए ने कि हूं देखो जीरो कली दो कली दे बच्चे सत अठाई सत सोलह जी इथे वड्डे नहीं सी बहन हूं लोगों के बाहर बच्चे बहते पे चलो कबूतर बाजी माशाल्लाह अच्छा जी सर आए कसूर ने लेकिन ब्रीड बना ली ओ जिस बंदे को मैं साहब लिया ना ओ इना दोनों घर तो अलग सी ठीक हो गए हां जी जिस तरह हूं मैं लाहौर च रहना साडे लाहौर च माशाल्लाह बेशुमार कबूतर पर बड़े सर जिन सलमान को लेके जाना उन्हें सलमान का ही ना लेना ना बिलकुल सही गल बिलकुल ठीक है ना जी ओ कबूतर जिस घरों आए सन ओ इना कबूतर ने साडे लाहौर दे विच बहुत देर हुक्मरानी कीती है अज भी जिन्हां कोलो ए कबूतर है ने मेहर आले टैडी इमाम दीन कमकर कबूतर इन्हां आले कामयाब हां जी अच्छा सर जी एक होर छोटी जी गल तुहाडे को पुछी है कबूतर वेखो रखे हर बंदे ने लेकिन असि ये दसना दोस्तां नूं कि कबूतर असल केड़ा कबूतर उड़न वाला है थोड़ी जी ये दसो मलैम होना बहुत जरूरी मलैमी फड़ो ना कबूतर पता लगे को पाउडर जहा फड़ लिता आयल फड़ लिता तुहाडे हथो कबूतर तिलके ओनू उस्ताद की अपने लफ्जां च कहिंदा कि इह कबूतर प्रेल है ਪ੍ਰੇਲ ਤੋਂ ਮੁਰਾਦ ਪਰਾਂ ਦਾ ਪਰਿਆ
ਜਿਹੜਾ ਪਰੇਲ ਕਬੂਤਰ ਹੋਏਗਾ ਨਾ ਉਹਦੇ ਤਨ ਦੇ ਉੱਤੇ ਬਾਲ ਜ਼ਿਆਦਾ ਹੋਣਗੇ ਉਹ ਕਬੂਤਰ ਟੈਂਪਰੇਚਰ ਦੇ ਕਬੂਤਰ ਨੇ ਬਰੀਡ ਚ ਵੀ ਉਹ ਕੰਮ ਆਣਗੇ ਉਡਾਰ ਚ ਵੀ ਉਹ ਕੰਮ ਜਿਸ ਕਬੂਤਰ ਦੇ ਤਨ ਦੇ ਉੱਤੇ ਬਾਲ ਘੱਟ ਨੇ ਉਹ ਖੁਸ਼ਕ ਕਬੂਤਰ ਹੈ ਉਹ ਪਰਵਾਜ਼ੀ ਨਹੀਂ ਹੋ ਸਕਦਾ ਬਰੀਡਰ ਨਹੀਂ ਹੋ ਸਕਦਾ ਉਸਤਾਦ ਜੀ ਇੱਕ ਹੋਰ ਗੱਲ ਜਿਵੇਂ ਤੁਸੀਂ ਦੱਸੀ ਹੈ ਕਿ ਲੱਤਾਂ ਦੇ ਮੋਮ ਹੋਣਾ ਚਾਹੀਦਾ ਹਾਂਜੀ ਉਹ ਕੀ ਪੁਆਇੰਟ ਹੈ ਦੇਖੋ ਜੀ ਉਹ ਜਿਹੜਾ ਪੁਆਇੰਟ ਹੈ ਨਾ ਉਹ ਜਿੰਨਾ ਕਬੂਤਰਾਂ ਚ ਉਹ ਪੁਆਇੰਟ ਆਉਂਦਾ ਕੁਛ ਕਬੂਤਰਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਮਸਲਾ ਅਸੀਂ ਕਿਤੇ ਜਾਂਦੇ ਹਾਂ ਮੈਂ ਤੇ ਸਲਮਾਨ ਕਿਸੇ ਦੇ ਉੱਡਣ ਵਾਲੇ ਕਬੂਤਰਾਂ ਦਾ ਸ਼ੋਅ ਕਰਨੇ ਪਿਆ ਤੇ ਉਹ ਸਾਨੂੰ ਮਾਲਕ ਨੂੰ ਨਾ ਨਾ ਸਾਨੂੰ ਸਾਨੂੰ ਦੱਸਿਆ ਅਸੀਂ ਮਾਲਕ ਨੂੰ ਆਪ ਦੱਸੀ ਤੇਰਾ ਕਬੂਤਰ ਹੈ ਉੱਡਿਆ ਕਿੰਨੇ ਵਜੇ ਤੱਕ ਤੇਰਾ ਯਾਨੀ ਕਿ ਉੱਡਿਆ ਉਹਦੇ ਵਿੱਚ ਦੋ ਸਾਲ ਤਿੰਨ ਸਾਲਾਂ ਕਬੂਤਰ ਹੋਇਆ ਨਾ ਉੱਡਿਆ ਤੇ ਉਹ ਬਗਲ ਦੇ ਜਿਹੜਾ ਕੁੰਦੇ ਦਾ ਪਹਿਲਾ ਪਰ ਨਾ ਤੇ ਉਹਦੇ ਨਾਲ ਬਗਲ ਦੇ ਪਰ ਨੇ ਦੋ ਤਿੰਨ ਪਰ ਉਹਨਾਂ ਨੂੰ ਮਰੋੜੀ ਜਾ ਜਾਂਦੀ ਆ ਨਹੀਂ ਇਹ ਇੱਕ ਮਿੰਟ ਥੋੜਾ ਦੋਸਤਾਂ ਨੂੰ ਵੀਵਰਾਂ ਨੂੰ ਇਹ ਦੱਸੀ ਅਸੀਂ ਵਾਅਦਿਆ ਕਰਕੇ ਜੀ ਜੀ ਦਸ ਪਰ ਬਾਹਰ ਦੇ ਹੁੰਦੇ ਨੇ ਜੀ ਜੀ ਸਮਝੋ ਦਸ ਪਰ ਬਾਹਰ ਦੇ ਉਹਦੇ ਉਹਦੇ ਬਾਹਰ ਦੇ ਜਿਹੜੀ ਅੰਦਰ ਵਾਲੀਆਂ ਕਲੀਆਂ ਜਿੱਥੋਂ ਸ਼ੁਰੂ ਹੁੰਦੀਆਂ ਨੇ ਜਾਂ ਐਂਡ ਵਾਲੀ ਬਗਲ ਵਾਲੀ ਜਿਹੜੀ ਬਗਲ ਦਾ ਜਿੱਥੋਂ ਕੁੰਡੇ ਦਾ ਪਰ ਸਟਾਰਟ ਹੁੰਦਾ ਨਾ ਅੱਛਾ ਕਲੀ ਦੇ ਨਾਲੋਂ ਕਲੀ ਦੇ ਨਾਲੋਂ ਜਿਹੜੀ ਕਲੀ ਦੇ ਨਾਲ ਜਿਹੜੇ ਬਗਲ ਦੇ ਦੋ ਤਿੰਨ ਪਾਰ ਨੇ ਨਾ ਜੀ 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 ਉਹ ਟੇੜੇ ਹੋ ਜਾਂਦੇ ਉਹ ਟੇੜੇ ਹੋ ਜਾਣਗੇ ਉਹ ਟੇੜੇ ਹੋ ਜਾਂਦੇ ਜਿਵੇਂ ਇਹ ਉਂਗਲ ਇੰਜ ਹੋ ਜਾਏ ਐਂ ਸ਼ੇਪ ਉਹਨਾਂ ਦੀ ਇਸ ਤਰ੍ਹਾਂ ਹੋ ਜਾਂਦੇ ਅੱਛਾ ਉਹ ਕਬੂਤਰ ਉਸ ਕੁੱਡੇ ਦਾ ਦੋ ਤਿੰਨ ਸਾਲਾਂ ਉੱਡਿਆ ਕਬੂਤਰ ਬਹਾਦਰ ਕਬੂਤਰ ਉੱਡ ਕੇ ਨਾ ਤੇ ਉਹਦਾ ਜਿਹੜਾ ਨਾ ਉਹ ਜਿਹੜੀ ਬਗਲਾਂ ਦੇ ਪਾਰ ਉਹ ਟੇੜੇ ਹੋ ਗਏ ਕਿਉਂਕਿ ਕਬੂਤਰ ਨੇ ਜਦੋਂ ਸਮਾਨ ਜਾਣਾ ਨਾ ਜੀ ਇਹਦੀਆਂ ਅੱਖਾਂ ਇਹਦਾ ਪਾਰੇ ਠੀਕ ਹੋ ਗਿਆ ਆਣਾ ਇਹਨਾਂ ਜਿਸ ਤਰ੍ਹਾਂ ਸਾਡੇ ਕੋਲ ਸਟੀਅਰਿੰਗ ਹੈ ਨਾ ਜੀ ਤੇ ਸਪੀਡ ਥੱਲੇ ਹੈਗੀ ਹੈ ਬ੍ਰੇਕ ਯਾਨੀ ਕਿ ਅੰਦਰ ਠੀਕ ਹੋ ਗਿਆ ਇਹ ਸਾਨੂੰ ਅਸੀਂ ਲੋਕਾਂ ਨੂੰ ਵੀ ਪਹੁੰਚਾਉਣਾ ਤੇ ਆਪਣੇ ਆਪ ਨੂੰ ਠੀਕ ਹੋ ਗਿਆ ਇਹ ਜਿਹਦੇ ਕੋਲ ਸਟੀਅਰਿੰਗ ਅੱਛਾ ਨਾ ਉਹ ਹੀ ਆਣ ਜਾਣ ਕਰਦਾ ਜਿਹਦਾ ਸਟੀਅਰਿੰਗ ਅੱਛਾ ਨਹੀਂ ਉਹ ਜਾਣ ਜਾਣ ਹੀ ਕਰੇਗਾ ਇੱਕ ਦਿਨ ਉਹਦਾ ਰੋਡ ਐਕਸੀਡੈਂਟ ਹੋ ਹੀ ਜਾਣਾ ਜਿਹਦਾ ਸਟੀਅਰਿੰਗ ਅੱਛਾ ਨਹੀਂ ਤੇ ਜਿਸ ਕਬੂਤਰ ਦਾ ਕੁੰਦਾ ਅੱਛਾ ਨਹੀਂ ਉਹਨੂੰ ਇੱਕ ਦਿਨ ਐਕਸੀਡੈਂਟ ਹੋਣਾ ਉਹਨੂੰ ਉੱਤੋਂ ਦਬਾ ਦੇ ਅੱਛਾ ਸਰ ਜੀ ਇਹ ਤੇ ਗੱਲ ਹੋ ਗਈ ਕਿ ਉਹਦੇ ਪਰ ਅੰਦਰ ਵਾਲੇ ਇੱਕ ਜਾਂ ਦੋ ਟੇੜੇ ਹੋ ਜਾਣਗੇ ਉਹ ਟੇੜੇ ਹੋ ਜਾਣਗੇ ਪਰ ਠੀਕ ਹੋ ਗਿਆ ਲੇਕਿਨ ਜਦੋਂ ਅਸੀਂ ਮਿਸਾਲ ਦੇ ਤੌਰ ਤੇ ਸਾਡਾ ਦੋ ਤਿੰਨ ਸਾਲ ਕਬੂਤਰ ਚੰਗਾ ਉੱਡਿਆ ਹੈ ਜੀ ਜੀ ਠੀਕ ਹੋ ਗਿਆ ਉਸ ਤੋਂ ਬਾਅਦ ਵਿੱਚ ਅਸੀਂ ਉਹਨੂੰ ਜੋੜਿਆਂ 'ਚ ਪਾ ਲੈਂਦੇ ਹਾਂ ਜੀ ਜੀ ਜਾਂ ਜੋੜਿਆਂ 'ਚ ਨਹੀਂ ਪਾਉਂਦੇ ਅਸੀਂ ਦੋ ਸਾਲ ਬਾਅਦ ਜਾਂ ਤਿੰਨ ਸਾਲ ਬਾਅਦ ਉਹਨੂੰ ਫਿਰ ਜੇਠ ਵਾਸਤੇ ਪਰ ਪਟਾਈ ਜਿਵੇਂ ਅੱਜ ਕੱਲ੍ਹ ਦੋਸਤਾਂ ਨੇ ਦਿੱਤੀ ਹੈ ਜਾਂ ਮੁਕੰਮਲ ਹੋ ਗਏ ਨੇ ਕਬੂਤਰ ਮੁਕੰਮਲ ਹੋ ਗਏ ਨੇ ਕਈਆਂ ਦੇ ਕਈਆਂ ਦੇ ਨਹੀਂ ਹਲੇ ਹੋਏ ਜੇਠ ਵਾਲੇ ਹਾਂਜੀ ਅਸੀਂ ਜਦੋਂ ਮੁਕੰਮਲ ਹੋ ਜਾਵੇ ਉਦੋਂ ਹੀ ਪਰ ਦੀ ਸ਼ੇਪ ਹੋ ਜਾਏਗੀ ਲਹਿਦਾ ਜਾਂ ਉਹ ਸ਼ੇਪ ਉਹਦੀ ਚੇਂਜ ਹੋਣੀ ਨਹੀਂ ਉਸੇ ਐਂਗਲ 'ਚ ਜਿਹੜਾ ਉਹਦਾ ਮਸਲ ਦੇ ਨਾ ਜੀ ਜਿਹੜਾ ਇਹ ਕਬੂਤ ਕੁੰਡ ਜਿਹੜੀ ਹੈ ਹੱਡੀ ਹੱਡੀ ਹੈ ਬਾਹਰ ਵਾਲੀ ਜਿਹੜੀ ਹੈ ਕੁੰਡੇ ਦੀ ਹੱਡੀ ਨਾ ਜੀ ਇਹ ਵਾਲੀ ਹਾਂ ਇੱਥੋਂ ਹੀ ਉਹਦੀ ਸ਼ੇਪ ਕਿਹੜੀ ਹੋ ਜਾਂਦੀ ਇੱਥੋਂ ਹੀ ਉਹਦਾ ਐਂਗਲ ਚੇਂਜ ਹੋ ਜਾਂਦਾ ਇੱਥੋਂ ਹੀ ਹੁੰਦਾ ਐਂਗਲ ਚੇਂਜ ਹੁੰਦਾ ਕਿਉਂਕਿ ਉਹਦਾ ਜ਼ੋਰ ਲੱਗਦਾ ਮੂਵਮੈਂਟ ਆ ਬਣਾ ਕੇ ਹਰ ਮੌਸਮ ਲੜ ਕੇ ਉਹ ਤੂਫਾਨਾਂ 'ਚ ਵੀ ਆ ਰਿਹਾ ਖੁਸ਼ਕ ਮੌਸਮ 'ਚ ਵੀ ਆ ਰਿਹਾ ਉਹ ਟੈਂਪਰੇਚਰ ਇਹ ਜਿਹੜੇ ਤਿੰਨ ਚਾਰ ਪਰ ਨਾ ਇਹਨਾਂ ਨਾਲ ਹੀ ਉਹਨੇ ਇੰਜ ਬਣਾ ਕੇ ਘਰ ਪੈਣਾ ਇੱਕ ਦਿਨ ਦੋ ਤਿੰਨ ਪਰ ਟੇੜੇ ਹੁੰਦੇ ਨੇ ਮਸਲ ਦੀ ਪਿੱਛੋਂ ਜਾਣ ਕੇ ਨਾ ਉਹਦਾ ਉਸੇ ਸ਼ੇਪ 'ਚ ਆ ਜਾਂਦਾ ਪਰ ਫਿਰ ਜਾਰੀ ਗੱਲ ਉਂਝ ਹੀ ਨਿਕਲੇਗਾ ਜੀ ਸਰ ਭਾਵੇਂ 10 ਸਾਲ ਬਾਅਦ ਵੀ ਪੁੱਟੋ ਇੱਕ ਗੱਲ ਹੈ ਅਸੀਂ ਤਾਂ ਸਾਰੇ ਜਦੋਂ ਜਾਂਦੇ ਰਹੇ ਨਾ ਹੁਣ ਤੇ ਚਲੋ ਮੈਂ ਇਹ ਜਿਹੜੀ ਚੀਜ਼ ਮੈਂ ਸ਼ੋਅ ਕਰਤੀ ਨਾ ਜੀ ਸ਼ੁਕਰੀਆ ਉਸਤਾਦ ਅਕਰਮ ਅਕੀ ਨੇ ਮੈਂ ਜਦੋਂ ਫਿਰਨਾ ਤੁਰਨਾ ਤੇ ਮੈਂ ਤੇ ਤੂੰ ਕਿ ਉੱਡਿਆ ਡਾਇਆ ਕਬੂਤਰ ਮੈਂ ਜੋੜੇ ਪਸੰਦ ਕਰਨਾ ਵੈਰੀ ਗੁੱਡ ਜਿਸ ਕਬੂਤਰ ਦੇ ਵਿੱਚ ਜ਼ਾਤੀ ਪਰਵਾਸ ਦੇ ਉਹ ਇਨਸ਼ਾਅੱਲਾ ਤਾਲਾ ਉਹਦਾ ਬੱਚਾ ਵੀ ਪਰਵਾਸ ਕਰੇਗਾ ਲੇਕਿਨ ਅਗਰ ਨਾਰੇ ਨਾ ਨਾਰ ਤੁਸੀਂ ਮਾਦੀ ਉਸ ਤੋਂ ਚੰਗੀ ਤੁਸੀਂ ਲਾਣੀ ਮਾਦੀ ਜੇ ਤੁਸੀਂ ਕੰਪਰੋਮਾਈਜ਼ ਨਹੀਂ ਕਰ ਵੱਡੀ ਗੱਲ ਹੈ ਨਾਰ ਤੇ ਨਾਸਰ ਹੁੰਦਾ ਨਾਰ ਹੁੰਦਾ ਨਾਸਰ ਨਾਰ ਖੂਬਸੂਰਤ ਵੀ ਹੁੰਦਾ ਹੈ ਉਹਦੇ ਅਜ਼ਾ ਵੀ ਮੁਕੰਮਲ ਹੁੰਦੇ ਨੇ ਮਾਦੀ ਲੱਭੇ ਨਾ ਨਾਰ ਤੋਂ ਇੰਨੀ ਸਾਰੀ ਉੱਚੀ ਤੇ ਤੁਹਾਡਾ ਠੁੱਡਾ ਜਨਾਬ ਸਮਰ ਗਿਆ ਅੱਲਾ ਦੇ ਹੁਕਮ ਨਾਲ ਇਨਸ਼ਾ ਮਾਦੀ ਦਾ ਵਜੂਦ ਔਰ ਬਾਡੀ ਸਟਰਕਚਰ ਮਾਦੀ ਦੀ ਜਿਹੜੀ ਨਾ ਮਾਦੀ ਦਾ ਸਟਰਕਚਰ ਮੈਂ ਪਿਛਲੇ ਇੰਟਰਵਿਊ ਮੇਰਾ ਜ਼ਿਆਨ ਮੇਰਾ ਭਤੀਜਾ ਆਇਆ ਸੀ ਉਹ ਮੈਂ ਗੱਲ ਇੱਕ ਮੈਂ ਵੀਰੇ ਆਪਣਾ ਹਾਂਜੀ ਮੈਂ ਗੱਲ ਉਹ ਯਾਰ ਤੁਸੀਂ ਜਿਹੜੇ ਐਂਕਰ ਹੋ ਨਾ ਜਿਹੜਾ ਤੁਸੀਂ ਜਿਹੜੇ ਐਂਕਰ ਹੋ ਤੁਸੀਂ ਬੇਸਿਕਲੀ ਕਾਮਰਾਨ ਵਾਸ ਹੋ ਗਿਆ ਸਲਮਾਨ ਹੋ ਗਿਆ ਅਸ਼ਫਾਕ ਨਜ਼ੀਰ ਹੋ ਗਿਆ ਜ਼ੈਨ ਹੋ ਗਿਆ ਤੇ ਤੁਰਾਬ ਹੋ ਗਿਆ ਬੇਸਿਕਲੀ ਤੁਸੀਂ ਕਰਦੇ ਤੁਸੀਂ ਖਿਦਮਤ ਪਏ ਹੋ ਖਿਦਮਤ ਇਸ ਤੋਂ ਅੱਛਾ ਕੀ ਹੈਗਾ ਕਿ ਜਿਹੜੀ ਤੂੰ ਚੀਜ਼ ਦਾ ਮੈਨੂੰ ਲੱਗਿਆ ਪੁੱਛਣ ਤੂੰ ਕਿਸੇ ਕੋਲ ਮੁਆਵਜ਼ਾ ਲੈਣਾ ਜਾਂ ਮੈਂ ਕਿਸੇ ਕੋਲ ਲੈਣਾ ਲੈਣਾ ਸਾਡੀ ਸਾਨੂੰ ਜਾਤੀ
मेनू जाति या तेनु जाति एना जिन्ना भी इससे को कोई बफाद नहीं नहीं है बिल्कुल इंजी का अल्हम्दुलिल्लाह 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 उस्ताद अकरम अकील नु गल्ला दस के कुछ लोगों का माइंड होगा यार इन्हें दुकानदारी कोई दुकानदारी भी जे मैं करना पे तुसी आज भी दस के तो कोई दुकानदारी करो ना करके फिर तहु ए कबूतर देने पैने ने जेडिया गल्ला मैं करना पे ना जिन मेरे को आना तो उन्हें कहना उस्ताद जी अपनी पसंद दियो ते ए रिजल्ट मैं लेना जे लेना जे बिलकुल सर जी पक्की गल कहना कहना करना करना साबित करना मुश्किल एदे विच सर तीन स्टेप ने तीन स्टेप समझो गल बिलकुल सही गल ए कि तुसी जेडे साफी हो तुसी खिदमत खलक कर रहे हो बहुत सारे लोग आके रिचारे तहु आके दसते ने मेहरबानी है तुहाडी भी मेहरबानी है कि नवे जेडे शौकीन ने उन्हां तक अच्छा मैसेज जा रहा है खराबी की तरफ नहीं जा रहे ओको फॉलो चलो कर मैं कहना कि एक पॉइंट तुसी कबूतर का एक पॉइंट तुसी पीएचडी कर लो ना एक पॉइंट की पीएचडी कर लो खाली तुसी दुम दी कर लो तुसी 50-70% तुसी कर जाने के मार्क्स ले ले कामयाब हो टेपियां ना तो वैसे पास हो जाता साजी यही ते ताड़ी गल वड्डी हुंदी है ते असी अपने पाकिस्तान दा नाम रोशन करन दे आ सानू कोई लालच नहीं किसे कोल खिदमत ते खलक मैनू खिदमत ते खलक कर जाने के कहना शुक्रिया के देखो ना मेरे को जिन्ने भी तुसी आए हो साफी जी शुक्रिया मैं भी सफेद पोश बंदा ठीक है जी मैं किसे नु पीसी जी ते फलाने गैस बादे खाने जुने नहीं कुआ करदा मैं तो तुहाडी चाह ना ते पढ़ ना तुहाडी मैं कर सकदा कि साजी यही बहुत है ठीक है बहुत हां बस तुसी मेरे चो ਇਹ ਸਵਾਲ ਸਮਝ ਲੈਣਾ ਇਹ ਬਹੁਤ ਕਿ ਸਵਾ ਲੱਖ ਕਿ ਪੀਰ ਗਿਆਨ ਵੀ ਦੇ ਦੇਵੇ ਨਾ ਦੇ ਤੋ ਸਵਾ ਲੱਖ ਓਏ 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 ਬਸ ਉਹਦਾ ਮੂਲ ਹੀ ਨਹੀਂ ਹੁੰਦਾ ਆਦਾ ਮੂਲ ਨਹੀਂ ਹੁੰਦਾ ਤੇ ਮੈਂ ਬਾਸ ਸਫੇਦ ਪੋਸ਼ ਜਣ ਕੇ ਬੰਦਾ ਸਾਜੀ ਬੜਾ ਕੁਛ ਤੇ ਮੈਂ ਤੇ ਤੁਹਾਨੂੰ ਇਹ ਗੱਲਾਂ ਨਾਲ ਹਰ ਚੀਜ਼ ਖਵਾ ਸਕਣਾ ਨਹੀਂ ਸਾਜੀ ਨਹੀਂ ਬਾਕੀ ਮੈਂ ਜਿੰਨੇ ਚੁਗਾ ਮੈਂ ਇਹ ਨਹੀਂ ਕਿਸੇ ਸਾਰਾ ਕੁਝ ਆਉਂਦਾ ਨਹੀਂ ਨਹੀਂ ਸਾਧ ਦੀ ਸੇਵਾ ਵੀ ਬੜੇ ਕਰਦੇ ਮੇਰੇ ਭਰਾਓ ਐਵੇਂ ਲੱਗੇ ਜੇ ਇਹ ਗੱਲਾਂ ਜੇ ਕਸਮ ਰੱਬ ਦੀ ਬੜੇ ਅੱਛੇ ਇਨਸਾਨ ਨੇ ਔਰ ਮੈਂ ਤੁਹਾਨੂੰ ਪਤਾ ਵੇ ਕਿ ਹਰ ਬੰਦੇ ਦਾ ਕਾਇਲ ਨਹੀਂ ਹੈਗਾ ਜਿਹੜਾ ਉਹੋ ਜਿਹਾ ਨਾਂ ਦੱਸੇ ਤੇ ਮੈਂ ਉਹਦੀ ਗੱਲ ਵੀ ਨਹੀਂ ਸੁਣਦਾ ਔਰ ਉਸਤਾਦ ਹੋਰੀ ਕਸਮ ਅੱਲਾ ਦੀ ਬਹੁਤ ਅੱਛੇ ਇਨਸਾਨ ਨੇ ਔਰ ਬੜਾ ਕੋਈ ਖਵਾਉਂਦੇ ਵੀ ਨੇ ਇਹ ਨਾ ਸਮਝਣਾ ਨਹੀਂ ਤੇ ਉਹ ਵੈਸੇ ਕਹਿਣ ਡਏ ਨੇ ਅੱਛਾ ਦੂਜੀ ਗੱਲ ਉਸਤਾਦ ਹੋਰ ਅੱਗੋਂ ਇੱਕ ਹੋਰ ਤੁਹਾਨੂੰ ਇਹ ਬੜੀ ਵੱਡੀ ਟਿੱਪੇ ਜੀ ਆ ਜਿਹੜੀ ਤੁਹਾਨੂੰ ਲੈ ਕੇ ਦਿੱਤੀ ਹੈ ਨਾ ਇਹ ਉਸਤਾਦ ਜੀ ਜਿਹੜਾ ਕਬੂਤਰ ਉੱਤੋਂ ਵਾਪਸੀ ਆਉਂਦਾ ਉਹਦੇ ਥੋੜਾ ਜਿਹਾ ਰੋਸ਼ਨੀ ਪਾਓ अक्सर जेडे कबूतर बाज ने कबूतर फड़ के ते पंजे वेखदे हुंदे ठीक हो गया ते तुसी उन्हां नूं सवाल करो ना की वेखदे पे हो ते मेरा ईमान है कि 99% एक परसन पता होगा जी ठीक हो गया उन सीना पसीना वेखिया ते किसी ने वेखिया ना ठीक हो गया जिस कबूतर दे मसाम खुल खुल खुलन दुराने प्रवाद हुंदे ना ते ओ अपनी जिहड़ी हीट है ना ओना पंजियां दे थ्रू एग्जस्ट करदे ने अच्छा हांजी ओ वापस कढ़दे हुंदे ने सर कबूतर अपनियां लत्तां लमकांदा ठीक हो गया दुराने जाने के प्रवाद जिस तरह असि सफर कर रहे हैं बस या गाड़ी आगे कदी लत इधर कदी इधर कर दी कदी पासा इंज कर असि ते कर लेना उन्होंने बेचारे कोई नहीं जाने होगा जगह 12 घंटे 13 घंटे ओ भी सर सलमान साहब ए भी मैं तुम एक नवी और बड़ी टिप जी बड़ी वीडी टिप कबूतर जो लत्तां लमकांदा ना तो अपने पूरे जिस्म दी हीट ओदे चो एग्जस्ट कर गर्मी हांजी ते ओ जेड़े मसाम हुंदे ना ओदे खुलदे ने ओ खुल के ते उहनां दे विच मोम यानी कि आंदा चिट्टा ओ टेंपरेचर दा कबूतर ओ जेड़ दा कबूतर है अगे पिछे केड़ी गर्मी पैंदी किथे उहनां नूं करनी ओ परिंदा है ओ परिंदा ਉਹਦੇ ਨਾ ਇਹ ਜਦੋਂ ਮਸਾਮ ਖੁੱਲੇ ਹੋਣਗੇ ਤੇ ਉਹਨਾਂ ਦੇ ਵਿੱਚ ਉਹ ਸਫੇਦੀ ਸਫੇਦੀ ਆਏਗੀ ਸਮਝ ਲੈਣਾ ਕਿ ਇਸ ਕਬੂਤਰ ਨੇ 44-43-45 ਖਾਧਾ ਆ ਇਹਨੇ ਕਈ ਵਾਰੀ ਆਪਣੀ ਹੀਟ ਅੰਦਰ ਦੀ ਐਗਜਸਟ ਕੀਤੀ ਹੈ ਉਸ ਕਬੂਤਰ ਨੂੰ ਲਿਆ ਕੇ ਜੋੜੇ ਪਾਓ ਅੱਲਾ ਦੀ ਤੁਹਾਨੂੰ ਮਯੂਸ ਨਹੀਂ ਕਰੇਗਾ ਤੁਸੀਂ ਇਹੋ ਹੀ
ਅਸੀਂ ਇਹੋ ਚੀਜ਼ਾਂ ਵੇਖ ਕੇ ਤੇ ਆਪਣੇ ਸ਼ਗਿਰਦਾਂ ਨੂੰ ਦੱਸ ਦੱਸਨੇ ਆ ਕਿ ਪੁੱਤਰ ਕਿਤੇ ਵੀ ਇਹ ਕਬੂਤਰ ਵੇਖ ਲਓ, ਦੜ ਵੀ ਪਿਆ ਵੇਖ ਲਓ, ਕਿਤੇ ਪਰਚੇਜਿੰਗ ਕਰਜੋ, ਸਭ ਤੋਂ ਪਹਿਲੇ ਉਹਨੂੰ ਟੋਵੋ, ਜਿਹੜੀ ਤੁਹਾਨੂੰ ਦੋ ਤਿੰਨ ਚੀਜ਼ਾਂ ਟਿੱਪਾਂ ਦਿੱਤੀਆਂ ਉਹਦੇ ਦੇਖੋ। ਬਾਕੀ ਕਬੂਤਰ ਦੇ ਅਜ਼ਾਨ ਦੁਮ ਜਿਹੜੀ ਦੁਮ ਇਹ ਛੋਟੀ, ਇਹ ਮੈਂ ਕਬੂਤਰ ਦੇ ਕਬੂਤਰ ਦੇ ਧੜ ਨੂੰ ਮੈਂ ਚਾਰ ਹਿੱਸਿਆਂ ਚ ਗਿਣਨਾ, ਠੀਕ ਹੋ ਗਿਆ, ਗਰਦਨ ਤੋਂ ਲੈ ਕੇ ਦੁਮ ਤੱਕ ਮੈਂ ਚਾਰ ਹਿੱਸੇ ਗਿਣਨਾ, ਠੀਕ ਹੋ ਗਿਆ। ਤਿੰਨ ਹਿੱਸੇ ਦਾ ਧੜ ਹੋ ਗਿਆ, ਤਿੰਨ ਹਿੱਸੇ ਦਾ ਧੜ ਹੋ ਗਿਆ, ਇੱਕ ਹਿੱਸਾ ਦੁਮ ਹੋ ਗਿਆ, ਇੱਕ ਹਿੱਸਾ ਦੁਮ ਹੋ ਗਿਆ, ਹਾਂਜੀ, ਯਾਨੀ ਕਿ ਧੜ ਇੱਥੇ ਹੋ ਗਏ ਤੇ ਇਹ ਦੁਮ ਲੱਗੇ, ਇੰਨੀ ਸਾਰੀ ਦੁਮ ਲੱਗੀ, ਇਹ ਦੋ ਨਹੀਂ, ਇਹ ਹੋ ਗਿਆ ਤਿੰਨ, ਇੱਧਰ ਇਹ ਇੱਕ, ਇਹ ਇੱਕ, ਮੈਂ ਤਿੰਨ ਇੱਕ ਤੱਕ ਕਬੂਤਰ ਕਹਿਣਾ, ਤਿੰਨ ਇੱਕ ਇੱਕ ਲਾ ਜੀ, ਇਹ ਬੜੀ ਬਿਲਕੁਲ ਕਾਲਾ ਸਿਆਨਾ ਸਿਆ, ਠੀਕ ਹੋ ਗਿਆ, ਉਹ ਰਿਚਨੈਸ ਹੈ, ਅੱਛਾ, ਹਾਂਜੀ, ਉਹ ਪੱਕਿਆ ਹੋਇਆ, ਯਾਨੀ ਕਿ ਨੂਰ ਹੈ, ਪੱਕਿਆ ਹੋਇਆ ਨੂਰ, ਪੱਕਿਆ ਹੋਇਆ ਨੂਰ, ਉਹ ਕਬੂਤਰ ਦੇ ਵਿੱਚ ਨਾ, ਉਹ ਜਦੋਂ ਤੁਸੀਂ ਉਸ ਕਬੂਤਰ ਨੂੰ ਫੜੋਗੇ ਨਾ ਜੀ, ਤੇ ਤੁਸੀਂ ਉਹਦੇ ਸਿਰ ਵਾਲੇ ਪਾਸੇ ਨਾ ਸਿਰ ਤੇ ਜਿਹੜੀ ਉਂਗਲ ਨਾ ਤੁਹਾਡੀ ਸ਼ਹਾਦਤ ਦੀ, ਇਹਨੂੰ ਤੁਸੀਂ ਥੋੜਾ ਸਾ ਦਬਾਣਾ, ਅੱਛਾ, ਜੋ ਕਬੂਤਰ ਨੂਰ ਨੂੰ ਜ਼ੂਮ ਕਰੇ, ਕਰਦਾ ਐਂ ਨਹੀਂ ਕਰੇਗਾ, ਜ਼ੂਮ ਕਰੇ, ਕਰਦਾ ਬਿਲਕੁਲ, ਮੈਂ ਦੇਖਿਆ ਕੁਝ ਕਬੂਤਰ ਨੂਰ ਜ਼ੂਮ ਕਰਦੇ ਨੇ ਜੀ। ਇੱਕ ਮੈਂ ਨਵਾਂ ਤੈਨੂੰ ਦੱਸਣਾ ਕਿ ਜ਼ੂਮ ਕਰਨ ਵਾਲੇ ਕਬੂਤਰ ਦੋ ਕਿਸਮ ਦੇ, ਠੀਕ ਹੋ ਗਿਆ, ਇੱਕ ਕਬੂਤਰ ਤੇ ਜਿਹੜਾ ਕਿਰਨ ਵੇਖ ਕੇ ਨੂਰ ਨੂੰ ਇੰਜ ਛੋਟਾ ਵੱਡਾ ਕਰਦਾ, ਬਿਲਕੁਲ ਸਹੀ ਹੈ, ਉਹ ਜਿਹੜਾ ਕਬੂਤਰ ਹੈ ਉਹ ਕੀ ਕਰਦਾ ਕਿ ਜਦੋਂ ਦੂਸਰੇ ਤੀਸਰੇ ਸਮਾਨ ਚ ਕਬੂਤਰ ਖਲੋਤੇ ਹੁੰਦੇ ਤੇ ਉਹਨਾਂ ਨੇ ਘਰ ਚ ਵਾਪਸੀ ਜਦੋਂ ਕਰਨੀ ਨਾ ਜੀ, ਇਹ ਹਰ ਗਰਾਈ ਕਰਨ ਵਾਲੇ ਕਬੂਤਰ ਚ ਕੁਆਲਿਟੀ ਹੋਏਗੀ, ਠੀਕ ਹੋ ਗਿਆ, ਅੱਛਾ, ਆਖਰ ਉਹ ਗਰਾਈ ਕਰ ਰਿਹਾ ਤੇ ਮਾਲਕ ਦੇ ਘਰ 10-15-20 ਵਾਰੀ ਬੈਠਾ, ਠੀਕ ਹੋ ਗਿਆ, ਤੇ ਉਹਨੂੰ ਅੱਲਾ ਨੇ ਨਿਜ਼ਾਮ ਦਿੱਤਾ ਤੇ ਉੱਥੋਂ ਨਿਕਲ ਕੇ ਬੈਠਾ, ਬਿਲਕੁਲ ਸਹੀ, ਉਹ ਕਬੂਤਰ ਕਰਦਾ ਜਦੋਂ ਪਰਵਾਹ ਦੇ ਲੰਗਰ ਵਾਈਸ ਕਰਦੇ ਨੇ, ਠੀਕ ਹੋ ਗਿਆ, ਇਹਨਾਂ ਨੇ ਆਪਣਾ ਇੱਕ ਲੰਗਰ ਫੜਿਆ ਬਣਾਇਆ ਹੁੰਦਾ ਉੱਤੇ, ਉਸ ਚੱਕਰ ਚ ਜਦੋਂ ਉਹਨਾਂ ਨੇ ਵਾਪਸੀ ਕਰਨੀ ਤੇ ਇਹਨਾਂ ਨੇ ਖਾਓ ਕਰਕੇ ਨਾ ਤੇ ਆਪਣੇ ਉਸ ਘਰ ਨੂੰ ਫਾਲੋ ਕਰਨਾ ਤੇ ਆਪਣਾ ਨੂਰ ਜ਼ੂਮ ਕਰਨਾ ਅੱਖ ਦੇ ਵਿੱਚ, ਅੱਖ ਦੇ ਵਿੱਚ, ਅੱਛਾ, ਉਹਦਾ ਘਰ ਛੋਟਾ ਹੈ, ਉਹਦਾ ਘਰ ਕਨਾਲਾ ਤੇ ਉਹਨੂੰ ਚੁੱਕ ਕੇ ਨਾ ਉਹਨੂੰ ਸਮਾਨ ਲੈ ਜਾਣਾ, ਇਹ ਥੱਲੇ ਵਾਲੇ ਆਪਣੇ ਜਾਲ ਥੱਲੜੀ ਜਿਹੜੀ ਆਪਣੀ ਜਿਹੜਾ ਉਹਦਾ ਘਰ ਜਿਹੜੀ ਤਹਿ ਹੈ ਨਾ, ਅੱਛਾ, ਉਹਨੂੰ ਜ਼ੂਮ ਕਰਕੇ ਉਹਨੂੰ ਚੁੱਕ ਕੇ ਸਮਾਨ ਲੈ ਜਾਣਾ, ਜਦੋਂ ਉੱਤੇ ਹੀ ਲੱਗਿਆ ਬੰਦ, ਉਹ ਉੱਤੇ ਹੀ ਬੰਦ ਸਾਜੀ, ਉਹ ਕਬੂਤਰ ਉੱਤੇ ਹੀ, ਇਹ ਨਜ਼ਰ ਵੀ ਤੁਹਾਨੂੰ ਨਹੀਂ ਆ ਰਿਹਾ ਸਾਜੀ, ਇੱਕ ਮਿੰਟ ਮੈਂ ਥੋੜਾ ਵਾਅਦਾ ਕਰਦਾ, ਕਬੂਤਰ ਸਮਝੋ ਮੈਂ ਛੱਤ ਬਣਾਈ ਹੈ ਨੀਲੇ ਰੰਗ ਦੀ, ਜਾਲ ਬਣਾਇਆ ਉੱਥੋਂ ਕਬੂਤਰ ਉੱਡਿਆ, ਹਾਂਜੀ, ਉੱਥੋਂ ਕਬੂਤਰ ਉੱਡ ਕੇ ਤੁਰ ਗਿਆ ਬਿਲਕੁਲ ਬੁਲੰਦੀ ਚ, ਬੁਲੰਦੀ ਚਲਾ ਗਿਆ, ਅਸਮਾਨ ਚਲਾ ਗਿਆ, ਬੰਦ ਹੋ ਗਿਆ, ਠੀਕ ਹੈ, ਸਾਨੂੰ ਨਜ਼ਰ ਨਹੀਂ ਆ ਰਿਹਾ, ਨਹੀਂ ਆ ਰਿਹਾ, ਉਹ 10 ਘੰਟੇ ਫਿਰ ਲੇ, ਹਾਂਜੀ, ਉਹ 7 ਘੰਟੇ ਫਿਰ ਲੇ, ਹਾਂਜੀ, ਉਹ ਫਿਰਦਾ ਪਿਆ ਜੀ ਜੀ, ਅੱਛਾ, ਉਹਨੇ ਜਦੋਂ ਵਾਪਸੀ ਆਉਣਾ ਵੇ, ਜਦੋਂ ਉਹਨੂੰ ਵਾਪਸੀ ਕਰਨੀ, ਮੇਰੀ ਇੱਕ ਸਵਾਲ ਇਹ ਵੇ, ਜਦੋਂ ਉਹਨੇ ਵਾਪਸੀ ਕਰਨੀ ਹੈ ਜੀ ਜੀ, ਜਦੋਂ ਉਹਦਾ ਦਿਲ ਕੀਤਾ ਕਿ ਚੱਲ ਉਹਨੂੰ ਯਾਰ ਮੇਰੀ ਥੋੜੀ ਪਰਵਾਹ ਠੀਕ ਹੋ ਗਈ ਹੈ, ਜਾਂ ਜੋ ਵੀ ਉਹਦਾ, ਕਈ ਕਬੂਤਰਾਂ ਨੂੰ ਬੜਾ ਸ਼ੌਕ ਹੈ ਉੱਡਣ ਦਾ, ਕਈਆਂ ਨੂੰ ਘੱਟ ਹੈ, ਕਈਆਂ ਨੂੰ ਜ਼ਿਆਦਾ, ਆਖਰ ਆਉਣਾ ਤੇ ਉਹਨੂੰ ਘਰ ਹੈ ਨਾ, ਘਰ ਆਉਣਾ, ਮੈਂ ਘਰ ਦੀ ਵਾਪਸੀ ਦੀ ਗੱਲ ਕਰ ਰਿਹਾ, ਜਦੋਂ ਉਹਨੇ ਘਰ ਦੀ ਵਾਪਸੀ ਉਹਨੇ ਸੋਚ ਲਿਆ ਕਿ ਯਾਰ ਮੈਂ ਵਾਪਸ ਜਾਣਾ ਹੈ, ਉਹਨੇ ਉਸ ਘਰ ਦੀ ਤਹਿ ਨੂੰ, ਉਸ ਇਲਾਕੇ ਦੀ ਤਹਿ ਨੂੰ, ਉਹਨੇ ਉਸ ਨੂੰ ਨੂਰ ਨੂੰ ਜ਼ੂਮ ਕਰਨਾ, ਜ਼ੂਮ ਕਰਨਾ ਇਸ ਤਰ੍ਹਾਂ, ਅੱਛਾ, ਉਹਨਾਂ ਆਪਣੀ ਛੱਪ ਚੁੱਕ ਕੇ ਸਮਾਨ ਤੇ ਲੈ ਗਿਆ ਆਪਣੇ ਅੱਖ ਚ, ਹਾਂਜੀ, ਉਹਨੂੰ ਫਿਰ ਸਰਕਲ ਕਰਨਾ ਸ਼ੁਰੂ ਕੀਤਾ, ਉਹ ਕਿਹੜੀ ਚੀਜ਼ ਦੇ ਕਿ ਜਿਹੜੀ ਐਂਜੀ ਗਿਆ ਸੁਭਾ ਤੇ ਉਹ ਤੋਂ ਬਿੰਦੀ ਨਿਕਲਿਆ ਸੀ, ਸਾਰੇ ਬੰਦੇ ਬਸ ਕਬੂਤਰ ਤੇ ਆਇਆ ਜੀ, ਉਹਨ ਸਾਡੇ ਵੇਖਣ ਤੋਂ ਪਹਿਲੇ ਉਹਨ ਆਪਣਾ ਘਰ ਵੇਖ ਲਿੱਤਾ ਆ, ਉਹ ਉਹਨੂੰ ਉਹਨ ਪੂਰਾ ਫੋਟੋ ਸੈਸ਼ਨ ਉਹਦਾ ਕਰਕੇ ਉਹ ਤੋਂ ਨਿਕਲਣਾ ਸ਼ੁਰੂ ਹੋਇਆ, ਜਾ ਕੇ ਨਿਕਲ ਕੇ ਅੱਖ ਘਰ ਬੈਠਾ, ਅੱਛਾ, ਇੱਕ ਦਿਨ ਨਿਜ਼ਾਮ ਹੋ ਗਿਆ, ਇਹ ਠੀਕ ਹੋ ਗਿਆ, ਕੁਛ ਕਬੂਤਰ ਹੁੰਦੇ ਨੇ ਉਹ ਉੱਤੋਂ ਜ਼ੂਮ ਕਰਦੇ ਨੇ ਤੇ ਉਹ ਨਿਕਲਦੇ ਨੇ ਉੱਤੋਂ ਤੇ ਥੱਲੇ, ਜਦੋਂ ਵਿਚਲੇ ਘਰਾਂ ਤੋਂ ਵੀ ਥੱਲੇ ਆ ਜਾਂਦੇ ਨੇ ਟਾਵਰ ਜਿੰਨੇ ਉੱਤੇ ਜਾਂਦੇ ਰਹਿ ਰਹਿੰਦੇ ਨੇ। ਇਹ ਨਦੀਮ ਮੈਂ ਤੇਰੇ ਇੰਟਰਵਿਊ ਦੇ ਵਿੱਚ ਸਾਰੇ, ਕਿਉਂਕਿ ਅਲਹਮਦੁਲਿਲਾ ਅੱਲਾ ਦੀ ਮਿਹਰਬਾਨੀ ਨਾਲ ਤੂੰ ਇਸ ਪਰਿੰਦੇ ਦੀ ਜਿੰਨੀ ਮਰਜ਼ੀ ਗੱਲ ਕਰ, ਹੁਣ ਜਿੰਨਾ ਟਾਈਮ ਹੈ ਸੁਬਾ ਜਾਵੇ ਚੜ ਜੇ ਤੇਰੇ ਸਵਾਲ ਮੁੱਕ ਜਾਣਗੇ, ਉਸਤਾਦ ਅਕਰਮ ਅੱਕੀ ਦੇ ਆਨਸਰ ਨਹੀਂ ਮੁੱਕ, ਇੰਝੀ ਗੱਲ ਹੈ ਲੈ ਜੀ, ਅਰਸਾ 40-50 ਸਾਲ ਮੈਨੂੰ ਵੀ ਇਸੇ ਫੀਲਡ 'ਚ ਹੋ ਗਏ ਨੇ, ਮੈਂ ਬਚਪਨ ਤੋਂ ਇਸ ਫੀਲਡ 'ਚ ਹਾਂ ਕਬੂਤਰ ਪਰਵਰੀ 'ਚ, ਔਰ ਯਕੀਨ ਕਰੋ ਅੱਲਾ ਨੇ ਬਹੁਤ ਸਾਰਾ ਨੌਲੇਜ ਮੈਨੂੰ ਵੀ ਦਿੱਤਾ, ਲੇਕਿਨ ਗ੍ਰੇਟ ਆਦਮੀ ਨੇ ਉਸਤਾਦ ਅਕਰਮ ਉਰਫ ਅੱਕੀ ਸਾਹਿਬ, ਬਹੁਤ ਲੈਜੈਂਡ ਖਿਲਾੜੀ ਨੇ, ਔਰ ਬਹੁਤ ਜ਼ਿਆਦਾ ਜਿਹੜਾ ਨਾ, ਬਹੁਤ ਜ਼ਿਆਦਾ
मैं ये नहीं कहता इन्हां दे मुंह ते तारीफ करना और मैं कई जगह तो इन्हां दी तारीफ सुनी है और मेरा मैं मजबूर है इस चीज से कि वाकई मैं तारीफ करन दे लायक ने तो करन दिया वा और बहुत सारे ऐसिया चीजा ने जिहड़े मेरे दोस्तां नूं बहुत अच्छे अच्छे उस्तादां नूं पता है वे मैं ये नहीं कहांगा नहीं पता मैं भी गल देखो मैं दरान दिया ये पता है लेकिन अगे शेयर नहीं करते लेकिन यकीन करो कि यह मेरिया सारिया गलों के ही जवाब देन दे ने और बहुत मजा आ रहा है और मेरा दिल नहीं करता छड़न दे लेकिन अगे चलो गुफ्तगू फिर जारी रखने हैं ठीक है गल फिर हो आ गई कि एंड तक मूवी देखियो जे तुहानू इंशाला बड़ा बड़ा मजा आएगा और बड़ा कुछ इथों मिलेगा इस घर च बड़ा कुछ अलहमदुलिल्लाह ठीक है जी और इंशाला ये तुहानू देंदे रहेंगे अच्छा सर जी अगे आओ अच्छा ओ एक ऐसा पॉइंट जो मैं तुहानू शेयर करने का ते हर उड़ान वाले बंदे दी ए टाइम च आया होगा कई सौ वारी आया ठीक हो गया गेड़े खा रहा कर दे कर कबूतर इंज मुड़िया ठीक हो गया मुंह कर सीधा ही हो गया सीधा हो गया उन बड़ी कोशिश की उस कबूतर ने घर देखो उतो तो सर्कल सैट आ गया ठीक हो गया थले जो कबूतर आंदा ना थले जो कबूतर आंदा जी ओ दसवे कुंदर कुंदे का बार का जरा कुंदा ना बार का पार ओदा बड़ा तलक ठीक हो गया ए भी एक मसल जे लैंडिंग दे दौरान सारे पर शेप और होगी दसवे कुंदे की शेप हो ठीक हो गया दसवा कुंदा ना ए जेड़ा मसल जेड़ा स्टार्ट होया ना एदे नाल जी ए जेड़े कबूतर उस्ताद दा की कहंदा के मैं मीटर लाना दसवें नूं ते नौवें कुंदे नूं नौवें नूं ते दसवें कुंदे नूं मीटर लाना मीटर मैं लाना अपनी शहादत दी उंगल दा ठीक हो गया मैं अल्लाह ते अल्लाह दे रसूल दी मेहरबानी नाल जिस कबूतर दी उंगल ला के एथों दा कुंदा बाहर निकल जाए उतों जाके जो मैं ओदी उंगल लावांगा ना हाथे ते ओदा कुंदा बाहर नहीं निकलिया फटिया नहीं हां जी ओ मेरा एक अपना ही यानी कि सांचा है ठीक हो गया ते जिन्नू मंगल दित्ती ते ओदा कुंदा इत्थे च चला गया यानी कि ए मसल तुदा इस मसल नु चढ़ गया ए चढ़ा है मांगी कली नु देखो ए दीवारा खड़ी है ना जी इनु दाड़े ने खड़ा किया है इट्टा ने खड़ा नहीं किया है इट्टा ने खड़ा किया दाड़े फसे ने आपस में सर हार जाके ना उन नुकां दे विच जो ए कबूतर ने सात अठ घंटे सर्दिया ते बहंदा रहा उड़ के ओदो एनु स्ट्रगल नहीं करनी पई नमी आला मौसम ची एथे गर्मी ए मसल्स नु गर्मी लगी ए मसल कमजोरी च आया कबूतर सीधा मुंह रख के किसी के जाल ते बह गया उन्हें फड़ लिता उन्हें जाल के अंदर उन्हें ले आया सुट लिता दो मिनट बाद जो कबूतर ने कुंदे मारने शुरू करते अच्छा हां जी उन्हें मैं गलत आ गया मैं गलत जगह से बैठा ओदिया अखा काम कर रही सन ओ धड़ काम नहीं कर वी गल ओदिया अखा तो काम कर रही ओदा धड़ काम नहीं कर रहा जिम्मे असि कहने कबूतर यार लम्मा के फिर लग गया कबूतर इंज हूं आया कई कबूतर में कई कबूतर में तुसी ए सलमान दी भी लाइफ से ऐसे कबूतर आए होंगे उतो आए ने थले गेड़े खाई जा रहे ने पंजा नहीं खोलता पिया नहीं खोलता पिया ओदा पंजा तद नहीं खोलता पिया कि ओदा ओ कुंदा काम नहीं कर रहा उन की किते इंज करते करते नाल ही उत्ता के छे मकान बह गए नहीं नहीं पैदा कई बार बैठा इंज ही कर उस्ताद अकरम अक्की जो अपने कबूतर लैस होंगे ते मेरे खुडे सौ कबूतरे ना ते मैं उन्होंने जाके मीटर लाना होंगे क्योंकि गर्मिया जो पटाई आंदी ना असि जिस कबूतर दे विचो मेरी उंगल खलोवे उन्हां कबूतर नूं फोकस कर लैने ते बाकी नूं कहने ठीक है बरात दे नाल फिर पटाके चलाने होने चाहिए पटाके चला कबूतर सौ खुडे फिर सजने जो पैंती तीह पैंती फोकस करना जो थे रडार च पूरे आए ने थोड़ा जा वादिया करो जेड़ा तुसी कह रहे हो किन्ना को गैप आना चाहिए ओ सारा मेरी उंगल दी जेड़ी छाती दी उंगल ने मैं दोनों कुंदिया दे सेंटर च मैं करके मैं लाना
कबूतर तो मैं जानी के सीखे सीखे ओना कबूतर नु सीखे जेडे सानू कई साल उड़े वापस आए आए वापस आए ओ मैं ओ करदे 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 ने एक दिन उस मैं जदों कबूतर बहंदे ने जदों कबूतर बहंदे ने कई कबूतर के जेडे खम उड़दे ने परवाज उन्होंने कुंदे होंदे ने इस तरह जो फुल प्रवाद करते हैं कुंजे होते हैं बिलकुल जो एथे होंगे ना तो एंड प्रवाद का करके आते हैं ठीक हो गया। फिर मैं जाके उन्होंने देखना की ए चढ़ावा है कुंजे मैं खोल जाने ना बाबा जी नहीं खोल मैं नहीं थोड़े को खोलना वेरी गुड। जिन्हों कबूतर नी वेखे कि यार अज ही बैठे ने कल नहीं बैठे बैठे ठीक है जी ओ कबूतर उस्ताद कि लभे कि ओ क्यों नहीं बै बैठा ओ मेनू कबूतर तीन गुणा कीमत लेना पिया मैं सलमान साहब अपनी तलीम बस नू लियादा ओदे मैं कुंदे चेक किते ने इहदे च की फाल्ट रहा ओ फाल्ट मेनू ओदे च आया ना लभ गया लभे और मैं आज दा नहीं मिल कोलो तकरीबन तकरीबन 1990 तो मैं ऐसे रिसर्च दे उते कामयाब हां मैं जोड़ा भी जेड़ा लाना ना अच्छा ऐसे पॉइंट ते मैं लाना ठीक हां जी तुसी मेरे किसी कबूतर नु जाके उंगल लाना ओ निकलेगा नहीं बाहर कोन ठीक हां ठीक सर जी एक और गल है जेड़ी की है बैटरी चलो कोई नहीं करो करो सही आ रहे अच्छा सर जी एक होर गल है जिवे ते हरीफ ते ज्यादा तुहानू केड़े हरीफ ना मजा आया किदे किदे ना बाजी होंदी देखो जी असल गेम दा जेड़ा जेवर है जी गेम दा जेवर ओ तुहाडा हरीफ ही है बिलकुल सही हो गया ठीक है जी ठीक हो गया ते हरीफ चंगा होवे माड़ा होवे सारे चंगे होंदे ने ठीक हो गया उस्ताद अक्की ने सारी जिंदगी एडी मैं दस दस की जिंदगी की जिनी मैं हरीफ की जिंदगी माशाल्लाह जिन्ना उस्तादा को असि सीखे जिन्ना उस्ताद असि बैठे हैं असि हरीफा नु कबूतर दिते ने आला फाड़े मैं तुम दिते दो बच्चे तैयारी करते मेरे ना गेट बाजी अच्छा सर जी ये भी पल्यो देग पल्यो देग बड़ी गल बड़ी गल अच्छा ते मुकाबले जेडे ने सारे नाल ही जाने के नहीं ज्यादा वैसे किसे नु मजा बस कह लो ना किसी का नाम नहीं मैं जानी के मेनू सारे ने जानी के आंदा मैं अच्छा सर जी ये जिहड़ी तुसा नस्लां बनाईयां माशाल्लाह बड़िया फेमस होईयां नस्लां ये ज्यादातर केड़े तुहानू पसंदीदा हुण तक चलो पहले तो सियालकोट ही सन्ना हुण जिहड़े पसंदीदा कबूतर तुसी अपनी मर्जी दे बनाए ने मैं लाल परी कबूतर बनाए ने कबूतर ठीक हो गया जिहड़ी अपनी तुसी तुहानू मजा आए मैं लाल परी बनाए ने कबूतर अच्छा ऐसे कबूतर बनाए ने कि दुनिया के उत्ते अंतीक कबूतर है लाल परी हां जी लाल परी ठीक हो नाम देने नाल कोई नहीं हुंदा सम्मान कुछ करके भी बहाए ना फिर मजा इस माया के तीन नाम परस परसू परसराम परसू परस परसराम ठीक है जी क्या है ओ जे कोई परसराम बनाना है ते ओनू पहले परस तो लगना पेगा ते परसू को आएगा बाद परसराम बनेगा परसराम बनेगा निक नेम नेम देन नाल कबूतर बाजी नहीं कबूतर कुछ करके दिखावे करके दिखावे समझ लो उस्ताद अक्की ने लाल परी बनाए ठीक हो गए टैडी बनाए कांताले बनाए अमामदीन बनाए ए चारे कबूतर बनाए ने ते अल्हम्दुलिल्लाह अल्हम्दुलिल्लाह दयानदारी ने कबूतर बनाए ने किसी का डाटा लाना दुकानदारी करनी नहीं मैं अपने वास्ते बनाए मैं अपने शोबत बनाए ने दिन दिन बनाए ने और मेरा बनाया कबूतर अल्लाह ते अल्लाह के रसूल की मेहरबानी पिछे मुड़ के नहीं देखता गाजी हो पिछे मुड़ के नहीं देखता मुनाफक होए तो बार बार वेखदा पिछे मुड़ के दौड़ना किसी पास जेड़ा कबूतर बनाया ना ओनू मैदान च पहले मुतारक होया हां जी जे उन मैदान च मैदान लाया जो तो उन्होंने दिता नाम दिता ठीक हो गया ते ज्यादा जेडे कबूतर ने ओ मेनू टैड़ी ही पसंद ने केड़े टैड़ी हर किस्म दा टैड़ी हर किस्म दा टैड़ी टैड़ी कोई हो टैड़ी नहीं सर जी नस्लां लोकां बड़ियां बना लिया ने देखो जी हुण ते दो तीन घर च एक कबूतर सन मिस्त्रियां दे कबूतर सन ठीक हो गया मैरां दे कबूतर सन मैरां दे ठीक है जी अगो जेडे असी बनाए ने ए साडे नां तो भी जानने बजने उस्ताद अक्की आले फलाने आले चौधरी आले ए सारे
कबूतर अज का नहीं बनिया जो पाकिस्तान काफी कबूतर इथे मैं तुम दसना की मैं अज तो 45 साल पहले एक लाल दुमदुमी कबूतरी साडी हुंदी सी कलसरी कबूतरी दुम ते गुलाबी रंग लगे लंगोड़दार जिहा ओदी पीला जर्द मोरा क्रीम अखां दी कबूतरी ओ मैं अपनी जेड़ी पहली बाजी खेडी ना 7-8 साल दी उम्र च ओ लाल दुमी हर बाजी दो तो पार पै बैठी ते लोकां दे 8-9 बजे बै बै जेड़ दे विच मैं खेडिया यानी के जेड़ च मेनू शौक यानी के जेड़ गर्मी हां जी असू दे विच चेतर दे विच मैं बहुत ज्यादा इजतनाब करना कि फस ना जावा अच्छा लेकिन नहीं मैं जेड़ तो अलावा कबूतरबाजी नहीं करता नहीं की हां ठीक है इस तरह जी हुण तुसीं चार जिहड़ी नस्ल बनाईआं ने इन्हां नूं तुसीं माशाला बहुत मेनटेन कीता हां जी इन्हां नूं प्योरिटी जे अडांदे हो जां के मैं कदी क्रॉस जुड़ा नहीं लाया अच्छा मैं सारी जिंदगी दे विच टैडी नाल लाई है टैडी इमाम जी नाल लाई है इमाम जी कांता नाल लाई है कांता नाल और ऐ जेडे 3-4 कबूतर ने ना टैडी हो गया इमाम जी हो गया मगर हो गया कांता हो गया इन्हां दा जेड़ा चरदादा ना फिरोजपुरी पिछे बैकग्राउंड पिछे इन्हां दा फिरोजपुरी कबूतर नस्लां ने ओदियां औलादां ने इक दादे दे 4 पुत्तर ने अगो सारे पुत्तर ते ओ फिरोजपुरी ऐसी क्वालिटी दा कबूतर होया उन जेड़ा जेड़ा भी कड्डिया नाम मरी अच्छा जी सर असल उथों ही टुड़े काम असल फिरोजपुर तो कबूतर आए ने फिरोजपुरी कबूतर सी और ए चारों कबूतर 3-4 साल की उम्र तो बाद अपनी अखा सके चेंज कर देंगे ने इन्हां दी सारी अखा एक जैसी हो गई सारे नहीं बिल्कुल एक जैसी हो गई अच्छा टैडी भी जो अच्छा कबूतर क्यों रखो ओदी अख भी सब्जी माइल दौरेदार हो जाएगी जरे आ जाएंगे कमगर भी जवानी च कई नीलम बल जाएंगे कई लाल अखा हो गया जो ही बुढ़ापे जाएगा तो ओदी अख भी फिरोजपुरी हो जाएगी सबसे चाहिए इमाम दीन की अख भी जानी कि सबसे चलेगी तो फिर बेस पिछे फिरोजपुरी है ना जी ते जिस कबूतर दे विच फिरोजपुरी पार नहीं शाम बह नहीं सकता जेठ च अच्छा हां जी ओ अगर पर है तो जेठ च जिन्ना कबूतरां दे विच फिरोजपुरी लंघिया ओही शाम दा पेंडा करेंगे दूजा कबूतर शाम नहीं कर सकता भावे शकल का जो चराना ओ च लंघिया फिरोजपुरी होया वाह भाई वाह ਤੁਹਾਡਾ ਮਕਸਦ ਕਹਿਣ ਦਾ ਕਿ ਜੇ ਫਿਰੋਜ਼ਪੁਰੀ ਟੱਚ ਦਿੱਤਾ ਹੈ ਕਿਸੇ ਨੇ ਸਾਰੇ ਲੋਕਾਂ ਨੇ ਕ੍ਰਾਸ ਜੁੜੇ ਲਾਏ ਜਾਣਾ ਸਾਰੇ ਲੋਕਾਂ ਨੇ ਦੇਖੋ ਹੁਣ ਗੱਲ ਪਤਾ ਕੀ ਹੈ ਸਾਥੀ ਜੌਂਸਰੀ ਕਬੂਤਰੀ ਨਾਲ ਗਹਿਰਾ ਕਬੂਤਰ ਫਿਰੋਜ਼ਪੁਰੀ ਲਾ ਦਿੱਤਾ ਠੀਕ ਹੈ ਜੀ ਉਹ ਜਿਹੜਾ ਬੱਚਾ ਹੈ ਉਹ ਜੌਂਸਰਾ ਮਾਂ ਨੇ ਆਪਣੇ ਉੱਤੇ ਕਰ ਲੈ ਗਿਆ ਤੇ ਮਾਂ ਦੇ ਉੱਤੇ ਚਲਾ ਗਿਆ ਤੇ ਉਹਦੇ ਚ ਪਿਓ ਦਾ ਅਸਰ ਨਹੀਂ ਆਣਾ ਆਏਗਾ पिछले टाइम लग्या बहन ते मेनू लोकी बड़ी उस्तादी इधर आओ ओ जौंसरा पैंदा पैजे ए ज फिरोजपुरी कितों आ गया हुण मोदा प्यो लभन जावा ठीक गल अच्छा उस्ताद जी एक होर वड्डी गल के तुसी चलो उडाणे ते चलो ठीक है बड़ी देर तो बचपन च 8-9 साल दी चो जिंदगी च उमर चो उडांदे रहे हो कबूतर लेकिन ਜਿਹੜੇ ਜੋੜਿਆਂ ਦਾ ਤੁਹਾਨੂੰ ਜਾਂ ਬਰੀਡਰ ਕਬੂਤਰਾਂ ਦਾ ਸ਼ੌਕ ਪਿਆ ਉਹ ਕਿਹੜੇ ਸਨ ਚ ਮੇਰਾ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਮੈਂ ਆਪਣੇ ਕਬੂਤਰ ਦਾ ਇਹਤਸਾਬ ਬਹੁਤ ਕਰ ਵੈਰੀ ਗੁੱਡ ਮੈਂ ਇਸ ਮਾਮਲੇ ਚ ਸਾਈਕੋ ਪੇਸ਼ੈਂਟ ਠੀਕ ਹੋ ਗਏ ਠੀਕ ਹੋ ਗਏ ਮੈਂ ਆਪਣੇ ਕਬੂਤਰ ਦੇ ਅਜ਼ਾ ਉਹਦੀ ਅੱਖ ਦੀ ਰਿਚਨੈਸ ਠੀਕ ਹੋ ਗਏ ਉਹਦਾ ਬੋਡੀ ਸਟਰਕਚਰ ਉਹਦੇ ਖਾਨਦਾਨ ਦਾ ਰੰਗ ਜਿਹੜਾ ਰੂਪ ਹੈ ਉਹਦੇ ਤੇ ਕੰਪਰੋਮਾਈਜ਼ ਨਹੀਂ ਕਰਦਾ ਵੈਰੀ ਗੁੱਡ ਠੀਕ ਹੋ ਗਿਆ ਠੀਕ ਹੈ ਜੀ ਠੀਕ ਹੋ ਗਿਆ ਔਰ ਜਿਹੜੀ ਜਿਸ ਕਬੂਤਰ ਦੇ ਐਡੀ ਨੋਕ ਹੈ ਸਭ ਤੋਂ ਕਰਕੇ ਨੋਕ ਲਾ ਲਓ ਜਿਸ ਕਬੂਤਰ ਦੇ ਨਖਣੇ ਬਰੀਕ ਨਹੀਂ ਅੱਛਾ ਨਾਸ ਬਰੀਕ ਨਹੀਂ ਅੱਛਾ ਉਹ ਬਰੀਡਰ ਨਹੀਂ ਹੋ ਸਕਦਾ ਬਰੀਡਰ ਨਹੀਂ ਹੋ ਸਕਦਾ ਠੀਕ ਹੈ ਜੀ ਹਾਂਜੀ ਮੈਂ ਨਾਸ ਨੂੰ ਤੇ ਨੋਕ ਨੂੰ ਨੋਕ ਇੱਕ ਖੂਬਸੂਰਤੀ ਹੈ ਠੀਕ ਹੈ ਜੀ
ਸਿਆਲਕੋਟ ਕੋਈ ਵੀ ਨੇ ਓਹਨਾ ਦੀ ਨੋਕ ਬੜੀ ਬਿਲਕੁਲ ਛੋਟੀ ਹੁੰਦੀ ਜੀ। ਹਾਂਜੀ, ਓਹਨਾ ਨੂੰ ਤੁਸੀਂ ਪਸੰਦ ਕਰ? ਪੁਰਾਣੇ ਕਬੂਤਰਾਂ ਦੀਆਂ ਤਮਾਮ ਦੀਆਂ ਨੋਕਾਂ ਛੋਟੀਆਂ ਨਹੀਂ, ਨੋਕ ਵੀ ਛੋਟੀ ਹੋ ਗਈ, ਥੱਲੇ ਦੀਆਂ ਲੱਤਾਂ ਬਾਡੀ ਸਟਰਕਚਰ ਇਨਬਰੀਡ ਹੋ ਕੇ ਉਹ ਆਪਸ ਚ ਅਲੱਗ ਅਲੱਗ ਕੇ ਨਾ ਉਹ ਆਪਸ ਚ ਅਲੱਗ ਅਲੱਗ ਕੇ ਫਿੱਟੇ ਪਾਉਣ ਤਾਂ ਉਹ ਨਹੀਂ ਉੱਡੇਗਾ। ਨਹੀਂ ਜੀ, ਉਹ ਰੋਣ ਨਹੀਂ ਉੱਡ ਸਕਦਾ, ਉਹ ਫੇਲ ਤੁਹਾਡੇ ਨਾਲ ਫਿੱਡਾ ਹੋ ਗਿਆ। ਮੈਂ ਉਹਨੂੰ ਫਿੱਡਾ ਕਿੰਨਾ ਉਹਨੂੰ ਫੇਲ ਹੋਤਾ ਜੀ, ਆਡਾ ਬਾਡਾ ਨਹੀਂ ਕਰੇ, ਆਡਾ ਬਾਡਾ ਭਾਵੇਂ ਜਿਹੜੀ ਮਰਜ਼ੀ ਨਸਲ ਸਰ। ਜਿਹਦਾ ਕਬੂਤਰ ਇਨਬਰੀਡ ਹੋਇਆ ਨਾ ਉਹ ਹਰ ਪਾਸਿਓਂ ਕਮਜ਼ੋਰ ਹੋ ਗਏ। ਅੱਛਾ, ਇਹ ਸਾਜੀ ਹੁਣ ਇੱਕ ਹੋਰ ਛੋਟੀ ਜਿਹੀ ਗੱਲ ਦੱਸੋ ਦੋਸਤਾਂ ਨੂੰ, ਆ ਜਿਹੜੇ ਤੁਸੀਂ ਕਬੂਤਰ ਮਾਮਦੀਨ ਨਾ ਮਾਮਦੀਨ ਲਾਏ ਨੇ, ਟੈੜੀਆਂ ਨਾ ਟੈੜੀ ਲਾਏ ਨੇ, ਮਿਸਾਲ ਇੱਕ ਜੋੜਾ ਤੁਹਾਡੇ ਕੋਲ ਉਹਦੇ ਅੱਗੋਂ ਪੱਠੀਆਂ ਪੱਠੇ ਨਿਕਲਦੇ ਨੇ ਉਹਦੀਆਂ, ਉਹਨਾਂ ਦੀ ਵਿਚਕਾਰ ਪਾਓ? ਮੇਰੇ ਕੋਲੋਂ ਚਾਰ ਪੱਠੀਆਂ ਇੱਕ ਜੋੜੇ ਨੇ ਕੱਢੀਆਂ ਨੇ ਪੱਠੀਆਂ ਜੀ, ਤੇ ਮੈਂ ਚਾਰ ਪੱਠੇ ਬਾਹਰੋਂ ਲੱਭ ਕੇ ਲਿਆ ਕੇ। ਹਾਂ ਲੈ ਜੀ, ਇਹ ਵੱਡੀ ਗੱਲ ਏ, ਇਹ ਜ਼ਰਾ ਗੌਰ ਕਰੋ। ਉਸਤਾਦ ਹੋਰਾਂ ਤੋਂ ਮੈਂ ਪੁੱਛਿਆ, ਉਸਤਾਦ ਹੋਰਾਂ ਨੇ ਕਿਹਾ ਅਗਰ ਮੇਰੇ ਕੋਲ ਚਾਰ ਪੱਠੀਆਂ ਨਿਕਲ ਆਈਆਂ ਜਾਂ ਚਾਰ ਪੱਠੇ ਨਿਕਲ ਆਏ ਨੇ, ਮੈਂ ਉਹਨਾਂ ਦੇ ਨਾਲ ਦੇ ਅਗਰ ਪੱਠੀਆਂ ਨਿਕਲ ਆਈਆਂ ਬਾਹਰੋਂ ਲਿਆ ਕੇ ਪਰਚੇਜ ਕਰਕੇ ਸੇਲ ਕਰ ਲਿਆ ਕੇ ਮੁੱਲ ਲੈ ਕੇ ਫਿਰ ਉਹਨਾਂ ਨੂੰ ਲਾ ਕੇ ਫਿਰ ਉਹਨਾਂ ਦੀ ਅੱਗੇ ਬ੍ਰੀਡ ਬਣਾ, ਫਿਰ ਉਹ ਜ਼ਿੰਦਾ ਰਹਿਣਗੇ, ਫਿਰ ਉਹ ਜ਼ਿੰਦਾ ਰਹਿਣਗੇ। ਨਸਲ ਮੈਂ ਉਹ ਹੀ ਲਿਆਣੀ, ਉਹ ਹੀ ਲਿਆਣੀ, ਲੇਕਿਨ ਮੈਂ ਲਾਈਨ ਬਾਹਰੋਂ ਲਿਆਣੀ। ਲੇਕਿਨ ਮੈਂ ਹਰ ਮਹੀਨੇ ਇੱਕ ਕਬੂਤਰ, ਮੇਰੀ ਸਟਰਗਲ ਇਹ ਤੇ ਮੇਰੇ ਕੋਲ ਕਿਹੜੇ ਬਣ, ਠੀਕ ਹੈ ਜੀ। ਮੁਹੰਮਦ ਅਲੀ ਕਿਲੋ ਕਿਸੇ ਨੇ ਪੁੱਛਿਆ ਕਿ ਸਰ ਤੁਸੀਂ ਚੈਂਪੀਅਨ ਹੋ ਗਏ ਹੋ, ਵਰਲਡ ਚੈਂਪੀਅਨ ਹੋ ਗਏ ਹੋ, ਤੇ ਤੁਸੀਂ ਵਰਲਡ ਚੈਂਪੀਅਨ ਬਣਨ ਵਾਸਤੇ ਕਿੰਨੀ ਸਟਰਗਲ ਕੀਤੀ? ਉਹਨੇ ਕਿਹਾ ਕਿ ਮੈਂ 8 ਘੰਟੇ ਨਾ ਪ੍ਰੈਕਟਿਸ ਕਰਦਾ ਰਿਹਾ ਇਹਨੂੰ ਹਾਸਲ ਕਰਨ ਵਾਸਤੇ। ਉਹਨਾਂ ਨੇ ਕਿਹਾ ਜੀ ਤੁਸੀਂ ਹੁਣ ਤੁਸੀਂ ਰਿਲੈਕਸ ਕਰੋਗੇ? ਉਹਨੇ ਕਿਹਾ ਨਹੀਂ, ਹੁਣ ਮੈਂ 2 ਘੰਟੇ ਬਤਾਵਾਂਗਾ ਇਹਨੂੰ ਬਚਾਉਣ ਵਾਸਤੇ, ਇਹਨੂੰ ਬਚਾਉਣ ਵਾਸਤੇ 8 ਘੰਟੇ ਮੈਂ ਇਹਨੂੰ ਹਾਸਲ ਵਾਸਤੇ ਕੀਤੇ, 2 ਘੰਟੇ ਫਾਲਤੂ 10 ਘੰਟੇ ਇਹਨੂੰ ਬਚਾਉਣ ਵਾਸਤੇ। ਸਰ ਮੈਂ 24 ਘੰਟੇ ਇਹ ਜਿਹੜੇ ਕਬੂਤਰ ਮੇਰੇ ਕੋਲ ਬਣੇ ਨਾ ਇਹ ਮੇਰੀ ਅੱਖਾਂ ਤੋਂ ਉੱਜਲ ਨੇ, ਮੈਂ 24 ਘੰਟੇ ਤਲਾਸ਼ ਚ ਹੁੰਦਾ ਕਿ ਇਹਨਾਂ ਤੋਂ ਉਤਲੀ ਕਲਾਸ ਦਾ ਮੈਨੂੰ ਕਬੂਤਰ ਲੱਭੇ ਤੇ ਮੈਂ ਇਹਨਾਂ 'ਚ ਐਡ ਕਰਾਂ। ਮੈਂ ਕਦੀ ਵੀ ਆਪਣੀ ਸਟਰਗਲ ਨਹੀਂ ਕਦੀ ਚੱਲੀ, ਬਿਲਕੁਲ ਸਹੀ। ਖੜਾ ਪਾਣੀ, ਇਹ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਾ, ਖੜਾ ਪਾਣੀ ਬੋ ਮਾਰਦਾ, ਬੋ ਮਾਰ, ਬਿਲਕੁਲ ਸਹੀ। ਚੱਲਦਾ ਪਾਣੀ ਪੀਣ ਦਾ ਹੁਕਮ ਹੈ, ਬਿਲਕੁਲ। ਖਲੋਤਾ ਪਾਣੀ ਕੋਈ ਨੀ ਪੀ ਸਕਦਾ, ਪੀ ਸਕਦਾ, ਉਹਦੇ ਨਾਲ ਪੇਟ ਖਰਾਬ ਹੋ ਜਾਂਦਾ, ਮੈਂ ਪੂਰਾ ਆਪਣਾ ਪੇਟ ਖਰਾਬ ਕਰਦਾ। ਤੇ ਮੈਂ ਸਰ ਬਾਹਰ ਦਾ ਚੱਲਦਾ ਪਾਣੀ ਜਿਹੜਾ ਖੁੱਡੇ ਯੂਜ ਕਰਨਾ, ਇਹ ਬੜੀ ਵੱਡੀ ਗੱਲ ਜਿਹੜੀ ਤੂੰ ਮੇਰੇ ਕੋਲ ਖਵਾਈ ਗਈ ਕਿ ਮੇਰੇ ਘਰ ਇੱਕ ਜੋੜਾ, ਮੈਂ ਬੜਾ ਬਰੀਡਰ ਜੋੜਾ ਲਗਾਇਆ, ਉਹਦੇ ਚਾਰ ਪੱਠੇ ਜਾਂ 2 ਪੱਠੇ ਜਾਂ 2 ਪੱਠੇ ਨਿਕਲ ਆਈਆਂ, ਮੈਨੂੰ ਮੁਸੀਬਤ ਪੈ ਗਈ, ਮੈਨੂੰ ਚਾਰ ਕਬੂਤਰ ਬਾਹਰੋਂ ਲੱਭਣੇ ਪੈਣੇ, ਮੈਂ ਉਹਨਾਂ ਨਾਲ ਜਾਣੀ, ਬਿਲਕੁਲ ਸਹੀ ਹੋ ਗਿਆ।